ਮੈਨੂੰ ਪਹਿਲੇ ਪਤਾ ਸੀ ਕਿ ਤੁਸੀਂ ਆਏ ਹੋਵੋਗੇ ਤੁਹਾਡੇ ਬਾਅਦ ਦੱਸਣ ਦੇ ਸੀ ਆਪਣੇ ਬਾਬੂ ਕੀ ਕਰਨ ਦੇ ਆ ਕੀ ਕਰ ਰਿਹਾ ਚੌਂ ਛਲੋ ਕੇ ਸਿਗਰਟ ਪੀਂਦੇ ਆ ਹਾਂ ਕਿਉਂ ਸਾਰੇ ਸਾਡਾ ਸਟੋਕ ਹੈ ਨੌਕਰ ਦੇ ਸਿਗਰਟ ਪੀਂਦੇ ਆ ਅੰਦਰ ਮੈਂ ਕਿਸੇ ਦਾ ਵੇਟ ਕਰਨ ਦੇ ਆ ਤੁਸੀਂ ਜਨਾਬ ਭਾਈ ਜਾਨ ਤਰੀਏ ਠੀਕ ਹੈ ਬਾ ਠੀਕ ਹੈ ਆ ਜਾ ਨਹੀਂ ਭਾਈ ਜਾਨ ਆ ਜਾ ਮੈਂ ਸਾਈਕਲ ਜੋ ਫੀ ਪਾਣਾ ਚਾਹੁੰਦਾ ਕੀ ਬਕਵਾਸ ਹੈ ਵੇਖੇ ਹੁਣ ਵਿਆਹ ਤੋਂ ਬਾਅਦ ਮੇਰੇ ਜੱਫੀ ਤੇ ਨਹੀਂ ਪਾਉਂਦਾ ਤੇ ਮੈਨੂੰ ਕਿੱਥੇ ਪਾਉਂਦਾ ਹੈ ਨਹੀਂ ਮੁੜ ਜਾ ਨਹੀਂ ਨਸ਼ੇ ਵਿੱਚ ਛੱਡਿਆ ਕੀ ਇਹ ਤੂੰ ਲੈ ਕੇ ਨਾ ਛੱਡ ਮੇਰਾ ਬੇੜਾ ਕਰਕ ਹੋ ਜਾ ਮੇਰੇ ਖਾਣੇ ਖਰਾਬ ਕਰ ਦੇਣੀ ਮੈਂ ਤੈਨੂੰ ਆਇਆ ਕਿਹੋ ਜਿਹੀ ਆਈ ਨਹੀਂ ਵੇਨੀ ਕੀ ਇਹ ਗੋਲ ਕਰੂ ਤੇਰਾ ਖਾਣਾ ਖਰਾਬ ਹੋਏ ਮਰ ਜਾਣਿਆ ਨਹੀਂ ਤੇਰਾ ਖਾਣਾ ਖਰਾਬ ਹੋਵੇ ਜਿਹੜਾ ਇੱਕੋ ਹੀ ਆ ਤੇਰਾ ਸਾਰੀ ਜ਼ਿੰਦਗੀ ਦੀ ਸਿਗਰੂ ਤਰਸਦੀ ਰਵੇ ਵੇ ਮੇਰੇ ਨਾਲ ਬਹੁਤੀ ਗੱਲ ਕਰੀ ਮੇਰੇ ਮੂੰਹ ਨਾਲ ਲੱਗੀ ਮੈਂ ਤਾਂ ਦੱਸਦਾ ਹੀ ਮੇਰੇ ਮੂੰਹ ਵੀ ਨਾ ਲੱਗੀ ਮੇਰੇ ਮੂੰਹ ਗੁੜ ਲਗਾਈ ਕਰਦਾ ਕੀ ਇਹ ਸ਼ਹਿਦ ਦੀ ਮੱਖੀ ਇਹ ਹੋ ਕੀ ਰਿਹਾ ਹੋ ਕੀ ਰਿਹਾ ਤਰਦੇ ਤਾਂ ਲਈ ਹੋਈ ਭਾਏ ਆਇਆ ਦੇ ਦੋ ਮੈਂ ਜੱਫੀ ਪਾਉਂਗਾ ਜੇ ਬਚ ਗਿਆ ਤੇ ਤੇਰਾ ਨਹੀਂ ਤਾਂ ਮੱਲੇਦਾਰਾਂ ਦਾ ਆ ਜਾ ਆ ਜਾ ਚਾ ਕੀ ਹੋਇਆ ਮੈਂ ਤੇ ਤੈਨੂੰ ਭਰਾ ਹੀ ਸਮਝਦਾ ਹਾਂ ਤੂੰ ਦੇ ਕੁੱਤੇ ਦਾ ਪੁੱਤਰ ਨਿਕਲ ਗਿਆ ਪਸਲੀਆਂ ਪਸਲੀਆਂ ਆ ਬਸ ਕਰ ਦੇ ਲਾੜ ਕਰ ਰਹਾ ਮੈਂ ਤੇਰੇ ਨਾਲ ਹਾਂ ਮੇਰੀ ਗੱਲ ਸੁਣੋ ਓਏ ਮੈਂ ਹੀ ਮੂੰਹ ਚੁੱਕ ਕੇ ਆਇਆ ਨਾ ਤੁਹਾਡਾ ਚੰਗੀ ਕਹਦਾ ਆਉਂਦਾ ਆ ਨੈਸ਼ ਨਹੀਂ ਆਉਣ ਦਿੰਦੀ ਹੈ ਇਹ ਬੇੜੇ ਕਰੇ ਕੋਈ ਸਕੀਨਾ ਇੰਨੀ ਯਾਦ ਕਰਦੀ ਆ ਕਿ ਮੂੰਹ ਦਾ ਦੇ ਵਾਰੀ ਵੇਖ ਲੈ ਚੁੱਪ ਕਰਕੇ ਤਾਂ ਹੁਣ ਕਿਸੇ ਦਿਨ ਘਰ ਆ ਜਾਓ ਮੈਂ ਤੁਹਾਨੂੰ ਦੱਸ ਦਿਆਂ ਸਮਝ ਆ ਗਈ ਕੀ ਤਗੜਾ ਪਾਟੀਆਂ ਨਸਾਂ ਲਿਆ ਜਾ ਕੰਮ ਕਰ ਤੂੰ ਵੀ ਕੰਮ ਕਰ ਮੇਰੇ ਸਾਰ ਚ ਸਾਰਾ ਕੁਝ ਖਾ ਗਈਏ ਘਰ ਚੋਂ ਕੀ ਤੇਰੇ ਪੱਲੇ ਸੀ ਜਿਹੜਾ ਮੈਂ ਖਾ ਲਿੱਤਾ ਮੈਂ ਤੈਨੂੰ ਦੱਸਾਂ ਤੇ ਪੱਲੇ ਮੇਰੇ ਮਾਂ ਪਿਓ ਨੇ ਇੰਨਾ ਜੇ ਦਿੱਤਾ ਹੈ ਦੋ ਟਰੱਕ ਭੇਜੇ ਸਨ ਦੋ ਟਰੱਕ ਦਿੱਤੇ ਸਨ ਇਹਨੂੰ ਮੈਂ ਲਿਆਂਦਾ ਵਿਆਹ ਕੇ ਦੋ ਟਰੱਕ ਆਉਣ ਡਿਆ ਸਨ ਮੈਂ ਘਰ ਕੋਲ ਆਇਆ ਮੋੜ ਕੇ ਵੇਖਿਆ ਸਾਡੇ ਬੂਏ ਕੇ ਰੇਤ ਲਾ ਕੇ ਟੁਰ ਗਏ ਉਹਨਾਂ ਨੇ ਇਸ ਲਈ ਕਿਹਾ ਸੀ ਬਜਰੀ ਪਾ ਕੇ ਮਕਾਨ ਬਣਾ ਲੈ ਬਜਰੀ ਪਾ ਕੇ ਵਿੱਚ ਸਰੀਆ ਪਏਗਾ ਤੇ ਮਕਾਨ ਬਣੇਗਾ ਨਾ ਤੇ ਹੈ ਇੱਕ ਖਬੀਸ ਹਾਂ ਮਰ ਜਾਣਿਆ ਅਜਾ ਫਰਨੀਚਰ ਦਿੱਤਾ ਸੀ ਫਰਨੀਚਰ ਕਿਹੜਾ ਦਿੱਤਾ ਸੀ ਇੱਕੋ ਹੀ ਮੰਜੀ ਦਿੱਤੀ ਜਿਹੜੀ ਪਹਿਲੀ ਰਾਤ ਹੀ ਟੁੱਟ ਗਈ ਤੁਹਾਡਾ ਬੇੜਾ ਕਰਕ ਹੋ ਜਾ ਮੇਰੀ ਪਹਿਲੀ ਰਾਤ ਹੀ ਖਰਾਬ ਕਰ ਛੜੀ ਤੁਸੀਂ ਵਾਹ ਮੇਰਿਆ ਪੁੱਤਰਾ ਉਹ ਮੇਰਿਆ ਪੁੱਤਰਾ ਘਰ ਸਹੀ ਕਰ ਲੈ ਆਪਣਾ ਲਿਆਓ ਫਟਾਫਟ ਇੱਕ ਚਾਹ ਪਿਆ ਦਿਓ ਚਾਹ ਪਿਆ ਦਿਓ ਜਿਵੇਂ ਤੇਰੇ ਪਿਓ ਦੇ ਹੱਥ ਆਂਦੀ ਹੈ ਕਮਾਈਆਂ ਢੇਟੇ ਸਾਰੀਆਂ ਸਾਡੀ ਪਹਿਲੀ ਮਾਂ ਸਹੀ ਸੀ ਤੇ ਪਹਿਲੀ ਕੋ ਚਲਾ ਜਾ ਪਤਾ ਨਹੀਂ ਅੱਬੇ ਨੇ ਕਿਹਦੇ ਨਾਲ ਵਿਆਹ ਕਰ ਲਿਆ ਹਸਪਤਾਲਾਂ 'ਚ ਬੱਚੇ ਬਦਲਣ ਵਾਲੀ ਨਾਲ ਤੇਰਾ ਖਾਨਾ ਖਰਾਬ ਤੈਨੂੰ ਤਾਂ ਨਹੀਂ ਮੈਂ ਬਦਲਿਆ ਮਰ ਜਾਣਿਆ ਮੈਂ ਤੇਰਾ ਹਜਾ ਸਿਰਫ ਅੱਬੇ ਦੀ ਵਜ੍ਹਾ ਤੋਂ ਕਰਨਾ ਨਹੀਂ ਤੇ ਫਸਾਨ ਨੂੰ ਦਿਲ ਕਰਦਾ ਐਲ ਸਹੀ ਹੈ ਮੁਸ਼ਟੜੀ ਹੈ ਆਪਣੇ ਫੈਸ਼ਨ ਸਹੀ ਕਰ ਤੂੰ ਤਾਂ ਮੇਰੇ ਫੈਸ਼ਨਾਂ ਤੇ ਛੱਡ ਐ ਆਪ ਤੂੰ ਬੁੱਢਾ ਖੋਸਟ ਹੋ ਗਿਆ ਤੂੰ ਤਾਂ ਕਹਿੰਦਾ ਮੈਂ ਵੀ ਬੁੱਢੀ ਹੋ ਗਿਆ ਛੱਡ ਦੇ ਡਰਾਮੇ ਡਰੂਮੇ ਤੇਰੇ ਵਰਗੀਆਂ ਔਰਤਾਂ ਸਿਰਫ ਰਾਤ ਨੂੰ ਫਰਮਾਨੇ ਲਈ ਸੁਣ ਕੇ ਸੌ ਜਾਂਦੀਆਂ ਨੇ ਅੱਲਾ ਦੀ ਸ਼ਾਨ ਨਹੀਂ ਚੁੱਪ ਕਰੋ ਸਵੇਰੇ ਸਵੇਰੇ ਲੜਾਈ ਨਾ ਪਾਇਓ ਮੈਨੂੰ ਚਾਹ ਪੀਣ ਦਿਓ ਅੱਬਾ ਜੀ ਕੀ ਗੱਲ ਪੁੱਤਰ ਇਸ ਘਰ ਦੇ ਵਿੱਚ ਤੁਹਾਡੇ ਹੁੰਦੇ ਆ ਦੁੱਧ ਦਾ ਘਾਟ ਹੈ ਪੁੱਤਰ ਹੋਣ ਕਿੱਥੋਂ ਹਾਂ ਕੱਟੇ ਜੂ ਮੰਜੀਆਂ ਤੇ ਬਹਿ ਗਏ ਨੇ ਅੱਬਾ ਜੀ ਮਾਂ ਮੇਰੇ ਮੇਰੇ ਅੱਬੇ ਨੇ ਚੂੜੀਆਂ ਫਿਲਮ 'ਚ ਕੰਮ ਕੀਤਾ ਹੀ ਫੇਰ ਸਹਿਮਾ ਦੁੱਧ ਚੋ ਕੇ ਇਹਨੂੰ ਹੀ ਛੱਡ ਦੀ ਹਾਂ ਜੈ ਲਾਲਮੀ ਡੁੱਬ ਕੇ ਮਰ ਜਾ ਡੁੱਬ ਕੇ ਸੱਟ ਕਾਹਦੇ ਤੋਂ ਡੁੱਬ ਕੇ ਮਰ ਜਾਓ ਡੁੱਬ ਕੇ ਮਰ ਜਾ ਫੱਟੀ ਨਹੀਂ ਕਦੀ ਡੁੱਬੀ ਹਾਂ ਬੁਲਬਲੇ ਕੱਢ ਕੇ ਮੰਜੀ ਤੇ ਬਹਿ ਜਾਂਦੀ ਹੈ ਹਾਂ ਲੱਖ ਲਾਉਣ ਤਾਂ ਤੇਰੇ ਤੇ ਕਿਉਂ ਨੂੰ ਕੀ ਵੇਖਦਾ ਸਾਡੇ ਘਰ ਦਾ ਚੁੱਲ੍ਹਾ ਵੀ ਠੰਡਾ ਜਿਸ ਘਰ ਦਾ ਚੁੱਲ੍ਹਾ ਠੰਡਾ ਹੋ ਗਿਆ ਨਾ ਉਸ ਘਰ ਦੀਆਂ ਔਰਤਾਂ ਗਲਤ ਹੋ ਜਾਂਦੀਆਂ ਪੁੱਤਰੇ ਨਾ ਔਰਤਾਂ ਦੀ ਤਾਂ ਮਿਸਾਲ ਹੀ ਇਹ ਹੈ ਬਾਈ ਦਿਨੇ ਚੁੱਲ੍ਹੇ ਅੱਗੇ ਤੇ ਰਾਤ ਨੂੰ ਰਾਤ ਨੂੰ ਕਿੱਥੇ ਵੇ ਤੇ ਚੁੱਲ੍ਹੇ ਅੱਗੇ ਹੀ ਹੋਰ ਕਿੱਥੇ ਪਕਾਉਣੀ ਤੇ ਰੋਟੀ ਹੀ ਹੈ ਨਾ ਸਾਡੀਆਂ ਤੇ ਰੋਟੀ ਬੰਦਾ ਖਾਵਾ ਦਾ ਟਾਈਮ ਨਾ ਆਏ ਟਾਈਮ ਨਾਲ ਰੋਟੀ ਪਕਾ ਦਿੰਦੀ ਹੈ ਔਰਤ ਜੇ ਨੇਟ ਆਵੇ ਤੇ ਰਾਤ ਨੂੰ ਚੁੱਲ੍ਹੇ ਅੱਗੇ ਪਕਾਣੀ ਹੈ ਕਿ ਹੋਰ ਕੰਧ ਚ ਰੋਟੀਆਂ ਲਾਣੀਆਂ ਨੇ ਅੱਜ ਕਰਕੇ ਅਰੇ ਮਗਰਾਂ ਲੋ ਰਾਤੀ ਮੈਨੂੰ ਕਿਹਾ ਗਿਆ ਆਡੀ ਠੰਡੀ ਹੋ ਗਈ ਸੀ ਮੈਂ ਕਿਹਾ ਚੱਲ ਗਰਮ ਕਰਕੇ ਦੇ ਸਾਲਣ ਠੰਡੀ ਠੰਡੀ ਧਰਤੀ ਚੱਪਾ ਚੱਪਾ ਉਹਦੇ ਤਰੀ ਜੰਮੀ ਸੀ ਫਿਰ ਤੁਸੀਂ ਵੀ ਚੁੱਲ੍ਹਾ ਬਾਲ ਲੈਣਾ ਸੀ ਹੁਣ ਪੁੱਤਰ ਸਾਡਾ ਸਟੋਵ ਹੀ ਨਹੀਂ ਕੰਮ ਕਰਦਾ ਤੇਲ ਛੇਲ ਵਿੱਚ ਫਿਲਟਰ ਰੱਖਿਆ ਕਰੋ ਤੇਲ ਤੇ ਸਹੀ ਹੈ ਉਹ ਦਰਾ ਜਿੱਥੇ ਵਾਹ ਨਹੀਂ ਭਰੀ ਦੀ ਹਾਂ ਉਹ ਬੋਕੀ ਪਾਟੀ ਹੈ ਦੀ ਪਤਾ ਕਰੋ ਪਾੜ ਕੌਣ ਗਿਆ ਐਨੀ ਉਮਰ ਹੋਈ ਹੈ ਪੁੱਤਰ ਝੱਡੀ ਬੋਕੀ ਥੋੜੀ ਹੈ ਭਾਈ ਪ੍ਰੈਸ਼ਰ ਬਹੁਤ ਆ ਉਹਨਾਂ ਪ੍ਰੈਸ਼ਰ ਹੈ ਪ੍ਰੈਸ਼ਰ ਸੀ ਤੇ ਤਾਦੀ ਬਾਹਰ ਆਇਆ ਹੈ ਤੇ ਵੇਖੋ ਆ ਇਹੋ ਜਿਹੀਆਂ ਔਰਤਾਂ ਦੇ ਪਿੰਡਾਂ ਸਮਝ ਨਾ ਹੁੰਦੇ ਨਹੀਂ ਕੀ ਨੀਫਾਨ ਲੈ ਲਈ ਜਾਂ ਬੜਾ ਵੀ ਬੜਾ ਵੀ ਨਾ ਹੋੜਾ ਪੀਨੋ ਪਮੀਰੀ ਸ਼ੀਦਾਂ ਕੋਠੇ ਟਪਣੀ ਲਓ ਜੀ ਅੱਲਾ ਦੀ ਕਸਮ ਹੈ ਸੱਚੀ ਮੁੱਚੀ ਲਾਹੌਰੇ ਦੇ ਮਹੱਲੇ 'ਚ ਵਲਾ ਕੀ ਨਾਂ ਜੇ ਅਖਤਰੀ ਲੁੰਡੀ ਉਹ ਬੜਾ ਰੋਜ਼ ਮੇਰੇ ਮਹੱਲੇ ਜਾਂਦੇ ਅਖਤਰੀ ਲੁੰਡੀ ਲੁੰਡਾ ਕਰਦਾ ਨਾ ਮੈਂ ਤੈਨੂੰ ਨਹੀਂ ਮੇਰੀ ਲੁੰਡੀ ਲੋਕ ਲੋਕਾਂ ਦੀਆਂ ਮਾਵਾਂ ਹੁੰਦੀਆਂ ਨੇ ਫਾਤਮਾ ਸਕੀਨਾ ਸਾਡੀ ਲੁੰਡੀ ਸ਼ਟ ਅਪ ਬਦਤਮੀਜ਼ ਮੇਰੀ ਔਰਤ ਕੋ ਬਾਤੇ ਕਰਦੇ ਹੋ ਹਾਂ ਨਹੀਂ ਮੇਰੀ ਅੰਜਲੀ
ਹਾਏ ਮੇਰਾ ਅੱਬਾ ਬੰਜਲੀ ਪੁੱਛ ਆਪਣੀ ਮਾਂ ਜਿਹੜੀ ਰੋਜ਼ ਵਜਾਉਂਦੀ ਆ ਫਿਰ ਉਹ ਮੋਹਰੀਆਂ ਤੇ ਉਂਗਲਾਂ ਵੀ ਰੱਖਦੀ ਹੋਏਗੀ ਮੇਰੀ ਸਵੀਟੀ ਹਾਏ ਮੇਰੀ ਅੰਜਲੀ ਉਹ ਨੀ ਮੇਰੀ ਅਸਲੀ ਲੁੰਡੀ ਆਪਸ ਦੀ ਗੱਲ ਘੋੜਾ ਕਿਹੜਾ ਹੁੰਦਾ ਸੀ ਪੁੱਤਰ ਹਰ ਬੰਦੇ ਕੋਲ ਆਪਣਾ ਘੋੜਾ ਹੈ ਤਰੀਕੇ ਨਾਲ ਦੌੜਦਾ ਸਾਡਾ ਘੋੜਾ ਹੁਣ ਕਾਹਦਾ ਘੋੜਾ ਹੋਇਆ ਦੋ ਕੁ ਮਿੰਟ ਦੌੜਦਾ ਤੇ ਡਿੱਗ ਪੈਂਦਾ ਪੁੱਛ ਆਪਣੀ ਮਾਂ ਕਿਉਂ ਜੀ ਮੈਂ ਕੋਚਵਾਂ ਦਿੱਤੀ ਆ ਉਹ ਦਵਾਗਾਂ ਤੇ ਤੂੰ ਹੀ ਫੜੀਆਂ ਹੁੰਦੀਆਂ ਨੇ ਤੇਰਾ ਖਾਣਾ ਖਰਾਬ ਹੋ ਜਾਏ ਮਰ ਜਾਏ ਤੂੰ ਮੇਰੇ ਅੱਬੇ ਨੂੰ ਭਲਾ ਕਹਿੰਦੀ ਪਤਾ ਹਾਂ ਮੈਂ ਘੋੜਿਆਂ ਨੂੰ ਮਸਾਲਾ ਖਵਾਉਂਦਾ ਬੜੀ ਅਰੀਏ ਦੇ ਹੱਥ ਭਰੇ ਅੱਛਾ ਤੇ ਘੋੜੇ ਨੂੰ ਮਸਾਲਾ ਦੇਣੇ ਆ ਹੱਥ ਨਹੀਂ ਭਰਦੇ ਮੈਂ ਤੁਹਾਡੀ ਕਮੀਜ਼ ਲੈ ਕੇ ਆਇਆ ਕੀ ਜਿੰਨੇ ਤੱਕ ਮੈਂ ਉੱਤੋਂ ਆਉਂਦਾ ਨਾ ਇੱਥੇ ਭੈਣ ਭਰਾਵਾਂ ਤੇਰਾ ਰਹਿਣਾ ਤੇਰੀ ਔਲਾਦ ਤੇਰਾ ਕੱਖ ਨਹੀਂ ਬਣਨ ਦੇ ਤੇਰੀ ਵਜ੍ਹਾ ਨਾਲ ਸਾਰਾ ਜਾਇ ਲੈ ਜੀਏ ਮੇਰੀ ਵਜ੍ਹਾ ਕਾਹਦੇ ਤੋਂ ਤੇਰੀ ਵਜ੍ਹਾ ਕਾਹਦੇ ਤੋਂ ਕਰਦਾ ਕੀ ਇਹ ਮੀਸਣਾ ਜਿਆ ਇਹੋ ਜਿਹੀ ਔਰਤਾਂ ਕਬੂਤਰਾਂ ਦੇ ਖੁੱਡੇ 'ਚ ਬਹਿ ਕੇ ਚਰਸ ਵੀ ਪੀ ਲੈਂਦੀਆਂ ਜੂਲੇ ਲਾਲ ਵੇ ਮੈਂ ਤੈਨੂੰ ਕਹਿੰਦੀ ਤੂੰ ਆਰਾਮ ਨਾਲ ਬੈਠ ਜਾ ਆਰਾਮ ਨਾਲ ਕੀ ਮੈਂ ਤੈਨੂੰ ਛੱਡਣਾ ਨਹੀਂ ਮੈਂ ਤੈਨੂੰ ਦੱਸਦੇ ਆ ਕਿੱਥੋਂ ਵੇਖ ਕੋਲ ਹੀ ਬਾਹਰ ਆਪ ਵੇਖ ਬਾਹਰ ਫਿਰ ਮੈਨੂੰ ਲੱਗ ਗਈ ਮੈਂ ਵੇਖਣ ਗਈ ਸਾਂ 500 ਫੜ ਲਈ ਉਹ ਕਹਿ ਰਿਹਾ ਸਰ ਖੜਕਾਂਦਾ ਤੇ ਮੈਂ ਬੜੇ ਪਿਆਰ ਨਾਲ ਇੱਧਰ ਆ ਕੇ ਮੇਨ ਗੇਟ ਤੇ ਕੁੰਡਾ ਹੀ ਫੜ ਲੈ ਹੋਰ ਸੁਣਾਓ ਜਨਾਬ ਕਰਾਮਤ ਸਾਹਿਬ ਕੀ ਹਾਲ ਹੈ ਕਰਾਮਤ ਸਾਹਿਬ ਨਹੀਂ ਚਾਚਾ ਕਰਾਮਤ ਹੈ ਮੈਨੂੰ ਦੱਸੇਗਾ ਮਾਜੇ ਸਲਾਰ ਨੂੰ ਦੱਸੇਗਾ ਮਾਜਾ ਸਲਾਰ ਕਹੋ ਮਾਜਾ ਸਲਾਰ ਸਲਾਰ ਕਾ ਬੁਰਾ ਸਾਇਆ ਮਾਜਾ ਬੁਰੇ ਹਾਲ ਦਾ ਸਲਾਰ ਆਜ ਕਿਉਂ ਮਰਨਾ ਹੀ ਮੈਂ ਕਹਿਣ ਡਿਆ ਹਦਰਾਰ ਕਿਉਂ ਹੈ ਕਿਉਂ ਕਤਲ ਹੋਣਾ ਚਾਹਨਾ ਹੈ ਕਿਉਂ ਕਤਲ ਹੋਣਾ ਚਾਹੁੰਦਾ ਓਏ ਇੱਧਰ ਆਏ ਇੱਧਰ ਆਏ ਚੱਲ ਸ਼ਾਬਾਸ਼ ਬੱਲੋ ਚੱਲ ਮੇਰਾ ਪੁੱਤਰ ਸਕੂਲ ਜਾ ਚੱਲ ਚੱਲ ਓਏ ਛੱਡ ਦੇ ਤਾਈ ਤਵਾ ਕਰ ਸੁਪਰੇ ਮਾਜੇ ਤੂੰ ਸੁਣਾ ਦੁਕਾਨ ਦਾ ਕੀ ਕੀਤਾ ਦੁਕਾਨ ਦਾ ਕੀ ਕਰਨਾ ਜੋ ਕਰਨਾ ਤੂੰ ਇਹ ਕਰਨਾ ਨਹੀਂ ਰਲ ਮਿਲ ਕੇ ਕਰਨਾ ਇਕੱਲੇ ਤੇ ਨਹੀਂ ਨਾ ਕਰਨਾ ਹੈ ਦੱਸ ਕੀ ਕਰੇ ਦੁਕਾਨ ਦਾ ਪੈਸੇ ਦੇ ਦੁਕਾਨ ਲੈ ਪਹਿਲੇ ਕਦੀ ਫ੍ਰੀ ਲਈ ਉਹ ਪਹਿਲੇ ਤੇਰੇ ਕੋ ਦੁਕਾਨ ਲਈ ਤੇਰੇ ਪੈਸੇ ਨਹੀਂ ਦਿੱਤੇ ਨੇ ਤੇ ਹੁਣ ਵੀ ਦੇ ਦੁਕਾਨ ਵਿਖਾ ਉਹ ਪਈ ਸਾਹਮਣੇ ਕਿਹੜੀ ਉਹ ਅਜੇ ਤੇ ਸਮਾਨ ਪਿਆ ਆਹੋ ਮੈਂ ਆਪਣਾ ਸਮਾਨ ਕਿੱਥੇ ਰੱਖਣਾ ਤੇਰਾ ਇੰਨਾ ਸਮਾਨ ਹੈ ਜਿਹੜਾ ਦੁਕਾਨ ਤੇ ਨਹੀਂ ਆ ਸਕਦਾ ਦਿਖਾਵਾਂਗੇ ਤੇ ਪਤਾ ਲੱਗੇਗਾ ਨਾ ਚੱਲ ਪੈਸੇ ਵਿਖਾ ਕਿੰਨੇ ਪੈਸੇ ਨਹੀਂ ਲੱਖ ਰੁਪਿਆ ਬਸ ਐ ਲੈ ਫੜ ਇਹ ਕੀ ਜਾ ਗਿਣ ਮਜ਼ੇ ਲੈ ਖਾ ਪੀ ਸਾਡੇ ਕਿਹੜੇ ਚੱਲਣ ਡਏ ਨੇ ਦਿਮਾਗ ਨੂੰ ਚੜੀ ਹੋਵੇ ਕੋਈ ਤਾਹੀ ਪੈਸੇ ਵੀ ਲਈ ਜਾ ਰਹੀ ਹੈ ਕੰਮ ਵੀ ਭੁੱਲੀ ਜਾ ਰਹੀ ਹੈ ਕੀ ਕਰੀ ਜਾ ਰਹੀ ਹੈ ਨੁਸਰਤ ਦੀ ਗੱਲ ਕਰ ਰਹੇ ਮਾਜਾ ਸਲਾਰ ਕਹੋ ਮਾਜਾ ਕਰ ਓਕੇ
पूरे दिन का पुहान है तू कटिंग तेरी अद्धे केस वाली बस केड़ी हो या कर बलो असि इतने एवं नहीं आए ना कर पुहान की तेरी मां नूं लाख रुपया दिता है आओ बिस्मिल्ला ये पागला मेरे कल दे पैसे कट देने पैसे अच्छा जी पहले कभी तेरा पैसा रखा नहीं नहीं रखा तो नहीं भगवान और सुना और सुना तू सुना शराती है ते मामा साले बने बने नाल हाथ ला लिया मैं तेनू ना कीती है नहीं ओवे भी तो गल कर सकना भगवान है कर क्यों है की गड़वी गड़वी भी जान लगी आहो आपे ही भी जानी आहो फायदा बस यार एक गल नहीं समझ आई की पहलवान ए जदों भी जांदियां ने हां बड़ी टिक टिक दी आवाज आंदी अच्छा मैं तो जदों भी आई है बबक दी आवाज आई शायद सानू बजानी नहीं आंदी होए नहीं तेरा तजुर्बा नहीं है भगवान तुसी भगवान जी झजरा में जांदे रहे हां ओए बड़ियां खबरदार भगवान ना गल ना करी भगवान नु खलोते वे कुछ वे कमाल चसूर खलोता है भगवान जी आओ मशूक यारा दोस्त बुलाई करो अल्लाह खैर मैं ਇਧਰੋਂ ਨਹੀਂ ਵਜਾਈਦੀ ਮੈਨੂੰ ਪਤਾ ਗੁਨਾਹ ਹੁੰਦਾ ਹੈ ਕਿਹੜਾ ਗੁਨਾਹ ਹੁੰਦਾ ਹੈ ਭਾਜੀ ਭਾਂਡਾ ਸਿੱਧੇ ਪਾਸੇ ਫੜ ਲਓ ਗੁਨਾਹ ਹੁੰਦਾ ਸੀ ਇਧਰੋਂ 50 ਹੀ ਵਜਾਈਏ ਦਾ ਮਤਲਬ ਗੁਨਾਹਗਾਰ ਚਲੋ ਛੱਡ ਦੋ ਭਲਵਾਨ ਜੀ ਹਾਂ ਜਾਣ ਦੋ ਬੱਚਾ ਹੈ ਸਾਰੇ ਏਡਾ ਬੱਚਾ ਵੀ ਨਹੀਂ ਅੱਛਾ ਹਾਂ ਜੋ ਜਿਹੜਾ ਇਕੱਠਾ ਕੁੱਠਾ ਹੋਇਆ ਹੈ ਚਲ ਬਸ ਹਾਂ ਜੀ ਬੱਚਾ ਨਹੀਂ ਇਹਦੀ ਅੰਮੀ ਵੀ ਇਹਨੂੰ ਮਾਮੂ ਕਹਿੰਦੀ ਹੈ ਹਾਂ ਸਾਰੀਆਂ ਗੱਲਾਂ ਛੱਡ ਮੇਰੇ ਪਿਛਲੇ ਪੈਸੇ ਕੱਢ ਬਸ ਪੈਸੇ ਤਾਂ ਮਿਲ ਜਾਣਗੇ ਸ਼ਾਦੀ ਕੋ ਗਾਣਾ ਸੁਣਾ ਸੁਣਾ ਗਾਣਾ ਸੁਣਾਵਾ ਹਾਂ ਵੇ ਦਿਲ ਤਾਂ ਪਾਗਲ ਹੈ ਦੋ ਕੜੀਆਂ ਰੋ ਕੇ ਚੁੱਪ ਕਰ ਜਾਉਂ ਜਿੱਥੇ ਨਹੀਂ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਉਂ ਦਿਲ ਤਾਂ ਪਾਗਲ ਹੈ ਦੋ ਕੜੀਆਂ ਰੋ ਕੇ ਚੁੱਪ ਕਰ ਜਾਉਂ मेरे पैसे वापस कर दे मेरा नहीं इरादा तू बड़ी कमजोर एड़िए मेरा वजन से ज्यादा जे मैं तेरे उत्ते डिग पिया तू भी किधरे मर मुर जाऊं ए ता बगैरत है 500 लेके चुप कर जाऊं मैं बगैरत हां 500 ਲੈ ਕੇ ਚੁੱਪ ਕਰ ਜਾਓ ਜੇ ਕਿਸੇ ਕੋਲ 1000 ਰੁਪਇਆ ਹੋਵੇ ਭਲਵਾਨ ਨਾਲ ਸਿੱਧਾ ਵੜ ਵੜ ਜਾਓ ਦਿਲ ਤਾਂ ਤਰਾਰਾਰਾਰਾਰਾਰਾਰਾ ਪਹਿਲਵਾਨ ਆਓ 700 ਵਾਲਾ ਚੱਲ ਜਾਏਗਾ ਚੱਲ ਜਾਏਗਾ ਕਿਹੜਾ 700 ਵਾਲਾ ਸਟੂਡੈਂਟ ਆਣਾ ਚੱਲ ਅੱਛਾ ਜੀ ਤੁਸੀਂ ਰੱਜ ਕੇ ਰੋਟੀ ਖਾਂਦੇ ਹੋ ਆਹੋ ਤੇ ਮੀਂਗਣਾ ਕਿਹੜੇ ਟਾਈਮ ਕਰਦੇ ਹੋ चिमटा बजा के मैं नहीं सुनांदी मैं सुनानी वेख सोने जिया कंगीना सादा इको जिया बंद कर देना सादा इको जिया वेख सोने जिया कंगीना सादा इको जिया फरको फरकी
ਮਰੂਦ ਵੱਖਰੇ, ਕੇਲੇ ਵੱਖਰੇ, ਗਰਮੇ ਵੱਖਰੇ। ਬਸ ਕਰ ਜ਼ਿੰਦਗੀ ਅਸਾਹ ਬਣ ਗਈ, ਬੰਦਾ ਜਾਵੇ ਤੇ ਜਾਵੇ ਕਿੱਥੇ ਯਾਰ। ਹੁਣੇ ਮੈਂ ਨਹਿਰ ਤੋਂ ਲੰਘ ਰਿਹਾ ਸੀ, ਇੱਕ ਬੰਦਾ ਨਹਿਰ ਤੇ ਬਹਿ ਕੇ ਪਾਣੀ ਨੂੰ ਵੇਖ ਵੇਖ ਕੇ ਉੱਚੀ ਉੱਚੀ ਰੋਈ ਜਾਵੇ ਤੇ ਕਹੀ ਜਾਵੇ ਕਿ ਪਾਣੀ ਜ਼ਾਇਆ ਹੋਣ ਡਿਆ। ਮੈਂ ਕਿਹਾ ਪਾਣੀ ਜ਼ਾਇਆ ਹੋਣ ਡਿਆ, ਮੈਂ ਉਹਦੇ ਕੋਲ ਗਿਆ, ਮੈਂ ਕਿਹਾ ਭਾਈ ਜੀ ਪਾਣੀ ਕਿਉਂ ਜ਼ਾਇਆ ਹੋਣ ਡਿਆ? ਕਹਿੰਦਾ ਮੈਂ ਗੁੱਜਰ ਹਾਂ। ਅਜੀਬ ਮੁਸੀਬਤ ਯਾਰ, ਹੁਣੇ ਮੈਂ ਰਿਕਸ਼ੇ ਤੋਂ ਉਤਰਿਆ, ਪਰੇ ਹੋ ਜਾਓ।
ਮੈਨੂੰ ਡਾਕਟਰ ਨੇ ਕਿਹਾ ਸੀ ਤੈਨੂੰ ਯਰਕਾਨ ਹੋਣ ਵਾਲਾ। ਪਿੱਛੇ ਝਟਕੇ ਲੱਗਦੇ ਨੇ ਬੰਦੇ ਸਾਰੀ ਮੱਛੀ ਖਾ ਕੇ ਕਹਿਣ ਲੈਂਦੇ ਓਏ ਚਟਣੀ ਤੇ ਖੋਲੀ ਨੀ। ਇਹੋ ਜਿਹੇ ਬੰਦੇ ਨੂੰ ਪਿੰਡ ਕੋ ਵਿਆਹ ਦੇਣਾ ਨਾ ਸੱਦੇ ਨਾ ਸੱਦ ਤੂੰ ਮਾਮਾ ਨਾ ਸੱਦ ਮੈਂ ਲੈ ਕੇ ਜਾਣਾ ਤੂੰ ਬੱਚੀ ਦਾ ਮਾਮਾ ਸਾਰਾ ਆ ਤੇ ਲੈ ਓਏ ਵਾਲਾ ਮੇਰੇ ਸਿਰ ਹੋਇਆ। ਇਹੋ ਜਿਹੇ ਬੰਦੇ ਨੂੰ ਪਿੰਡ ਕੋ ਵਿਆਹ ਦੇਣਾ ਨਾ ਸੱਦੇ ਪੱਗ ਦੀ ਦੇਖ ਲਓ ਆਪਣੀਆਂ ਇੱਟਾਂ ਗੱਲ ਲੈਂਦਾ ਮੇਰੀਆਂ ਤੇ ਫੜਾਓ ਨਾ। ਅੱਛਾ ਗਵਰਨਮੈਂਟ ਇੱਟਾਂ ਸਹੀ ਕੱਢ ਇੱਟਾਂ ਸਹੀ ਕੱਢ ਬੇਟਾ ਮਰਾਸੀ ਦੇਖ ਲੈਣੇ ਤੇ ਘਰ ਚਲੀਏ। ਨਹੀਂ ਮੈਂ ਮਰਾਸੀ ਨਹੀਂ ਦੇਖਣੀ। ਉਹ ਤੂੰ ਵੀ ਗੱਲ ਕਰ ਲਾ ਆਪਣੀ ਬੁੜੀ ਨੂੰ ਉੱਥੇ ਲੈ ਗਿਆ। ਅੱਛਾ ਇਹੋ ਜਿਹੇ ਬੰਦੇ ਇਹੋ ਜੀ ਇਹੋ ਜੀ ਬਾਕੀ ਚਾਦਰਾਂ ਵੇਖ ਗਈ ਮਹੱਲੇ ਚ ਵੀ ਔਰਤਾਂ ਜਵਾਨ ਸੀ ਮੈਂ ਕਿਹਾ ਉਹਨਾਂ ਨੂੰ ਕਾਹ ਤੋਂ ਦਈਏ ਚਾਚੀ ਜਵਾਨ ਉਹਨੂੰ ਵਟਾਓ ਜਾ ਕੇ ਖਰਾਬ ਮਜਲੇ ਦਵਾਈ ਆ ਕੇ 300 ਰੁਪਏ ਲੈ ਕੇ ਤੇ ਤੁਸੀਂ ਵੀ ਤੇ ਚਾਹ ਹੀ ਵੇਚਦੇ ਤੇ ਚਾਹ ਮੈਂ 200 ਚਾਹ ਪੀਵਾਂ ਫਿਰ 300 ਬਣੇ ਹੋਰ ਤਾਂ ਜਾਣਾ ਕਰ ਦਾ ਚਾਚੀ ਤਬੀਤਾ ਹੋਰ ਕੁਝ ਨਹੀਂ ਲੈ ਕੇ ਆਇਆ ਹੋਰ ਕੀ ਦਵਾਵਾਂ ਆਈਆਂ ਸਾਡੇ ਕੋਲ ਤੇ ਅਰੇ ਮਾਰ ਚਾਚੀ ਵੇਖ ਲਓ ਮੱਕੂ ਠੱਪਿਆ ਹੁੰਦਾ ਐ ਇਹ ਜਿਹੀਆਂ ਔਰਤਾਂ ਸ਼ੀਸ਼ਾ ਵੇਚ ਕੇ ਕਿੰਦੀਆਂ ਹੈ ਕੱਲ ਔਰਤ ਥਾਣੇ ਨਹੀਂ ਸੀ ਬੈਠੀ ਹੈ ਰਾਜਾ ਇੱਥੇ ਬੈਠਾ ਕੇ ਲੈ ਜਾਣ ਪਰੇ ਰਾਜਾ ਦੁਬਈ ਵਾਲਾ ਕੱਪੜੇ ਵੇਖ ਦੁਬਈਓਂ ਆ ਕੇ ਲੰਡੇ ਚੋਂ ਲੈਣੇ ਇਸ ਕਰਕੇ ਕੁਰਸੀ ਮੰਗਾ ਤੇਰੀ ਕੁਰਸੀ ਵਰਗੀ ਸ਼ਕਲ ਹੈ ਕੁਰਸੀ ਮੰਗਾ ਭਾਈ ਵੇਖ ਲਓ ਇਮਲੀ ਧੋਣ ਵਾਲਾ ਕੁਝ ਆਉਂਦਾ
ਵਾਹ ਜਲਦੀ ਨੁਸਰ ਜੀ ਕੁਰਸੀ ਲੈ ਆ ਧੀਏ ਕੀ ਨਾਂ ਹੈ ਜਲਦੀ ਆ ਕੀ ਨਾਂ ਹੈ ਨੁਸਰ 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 ਕੁਰਸੀ ਲੈ ਆ ਧੀਏ ਇਹੀ ਬਕਵਾਸ ਕਰਦੀ ਹੈ ਆਪੇ ਕਰੀ ਜਾਂਦਾ ਤੇ ਧੀ ਘਵਾਤਾ ਤੂੰ ਮੈਨੂੰ ਆਹੋ ਸੋਹਣੀ ਤੇ ਨੀਣਾ ਥੋੜੀ ਉਹ ਮਾਈ ਤੇਰਾ ਬੇੜਾ ਕਰ ਗੁਣਾ ਤੇਰੀ ਟਿੰਡ ਹੋ ਜਾਣੀ ਜਾਂ ਅੱਲਾ ਕਰੇ ਤੇਰਾ ਗਾਖੜੀ ਰਹਿਣਾ ਵਾ ਤੇ ਕਦੀ ਮੰਨੇ ਕਿ ਇਹਨੂੰ ਧੀ ਨਹੀਂ ਕਿਹਾ ਹੈ ਕੀ ਹੋਇਆ ਯਾ ਅੱਲਾ ਕਰਮ ਕਰੀ ਸੋਹਣੀ ਨਾ ਹੋਵੇ ਕੁਰਸੀ ਲੈ ਆ ਧੀਏ ਇਹ ਬਾਗਾਂ ਤੇ ਮੈਂ ਦਵਾਈਆਂ ਸੁਣੀਆਂ ਸੀ ਤੈਨੂੰ ਬੜੇ ਤੇ ਜੜਵੇਂ ਨੇ ਦੇਖਣ ਦੇ ਕੌਣ ਹੈ ਮਾਈ ਅਗਰ ਜੇ ਸੋਹਣੀ ਹੋਈ ਮੈਂ ਤੈਨੂੰ ਦੁਬਈ ਭੇਜ ਕੇ ਬਾਬਰਾ ਸ਼ਰੀਫ ਵਾਲਾ ਹਾਲ ਕਰਾ ਦੇਣਾ ਤੇਰਾ ਆ ਤੈਨੂੰ ਕਹਤਾ ਹੀ ਕੀ ਹੋਇਆ ਤੈਨੂੰ ਸੋਹਣੀ ਨਾ ਹੋਵੇ ਅੱਲਾ ਕਰੇ ਤੇਰੀ ਲਿੱਤ ਬੰਦ ਹੋ ਜਾ ਮਾਈ ਦਾ ਤੇਰਾ ਕੱਖ ਨੀ ਰਹਿਣਾ ਮਾਈ ਬਾਈ ਸੋਹਣੀ ਜੁੱਤੀ ਪਾਈ ਪਤਾ ਨੀ ਕਿਹੜਾ ਸਾਈਕਲ ਵਿਕਿਆ ਉਹ ਕੱਖ ਨੀ ਰਹਿਣਾ ਮਾਈ ਤੇਰੇ ਕੱਪੜੇ ਚੋਰੀ ਹੋ ਜਾਣ ਤੂੰ ਨਿਕਰ ਪਾ ਕੇ ਫਿਰੇ ਜਾ ਤੇਰਾ ਕੱਖ ਨੀ ਰਹਿਣਾ ਕੀ ਹੋਇਆ ਮੇਰੇ ਗੋਡੇ ਤੇ ਸੱਟ ਲੱਗ ਗਈ ਬੜੀ ਪੀੜ ਹੋ ਰਹੀ ਹੈ ਇੱਥੇ ਆ ਮੈਂ ਤੁਹਾਡੀ ਮਾਲਿਸ਼ ਕਰ ਦਿੰਦਾ ਇੱਥੇ ਆਓ ਹਾਂ ਇੱਥੇ ਆ ਮੈਂ ਤੁਹਾਡੀ ਮਾਲਿਸ਼ ਕਰ ਦਿੰਦਾ ਇੱਥੇ ਬੈਠੋ ਨਮਾਨ ਤੀ ਨਾ ਭੈਣ ਨਾ ਆਪਾ ਦਬਈਓ ਭੈਣਾ ਬੁਲਾਉਣਾ ਆਇਆ ਮੈਂ ਅੱਟਾ ਤੇਰਾ ਬੇੜਾ ਤੇ ਤੇਰੇ ਪੁੱਤਰ ਲਾ ਨੇ ਦੇਣਾ ਤੈਨੂੰ ਤੂੰ ਉਹਦੇ ਨਾਲ ਸੈੱਟ ਹੋ ਜਾਣਾ ਜਾ ਤੂੰ ਕਹਤਾ ਤੇਰੇ ਪੁੱਤਰ ਜੋ ਤੇਰਾ ਪੁੱਤਰ ਹੋਣੇ ਜਾ ਤੇਰਾ ਕੱਖ ਨਹੀਂ ਰਹਿਣਾ ਮਾਈ ਹੋਰ ਸੁਣਾ ਠੀਕ ਆ ਏ ਅੱਡ ਬਟਾ ਲਾ ਇੱਥੇ ਚੱਲ ਕਿਹੜੇ ਬਟਾ ਲਾ ਤੁਹਾਡਾ ਬੇੜਾ ਕਰ ਕੋ ਤੁਸੀਂ ਕੀ ਬਗੈਰਤੀ ਸ਼ੁਰੂ ਕੀਤੀ ਇੱਥੇ ਅੱਲਾ ਨੇ ਤੁਹਾਨੂੰ ਤੁਹਾਡੇ ਬੱਚਿਆਂ ਦਾ ਰਜ਼ਕ ਦਿੱਤਾ ਤੁਸੀਂ ਆਪਣਾ ਬਣਾ ਲਿਆ ਛੱਡ ਦਿਓ ਇਹਨਾਂ ਗੱਲਾਂ ਨੂੰ ਤੁਹਾਡਾ ਬੇੜਾ ਕਰ ਕੋ ਜਦੋਂ ਦੀਆਂ ਤੁਸੀਂ ਆਈਆਂ ਕਮੀਜ਼ਾਂ ਚੁੱਕ ਪ੍ਰੋਗਰਾਮ ਸਾਡਾ ਬੇੜਾ ਕਰ ਕੋ ਗਿਆ ਕਮੀਜ਼ ਤੇ ਨਹੀਂ ਚੁੱਕੀ ਮੈਂ ਅਗਲੇ ਗਾਣੇ 'ਚ ਚੁੱਕਣੀ ਨਹੀਂ ਤੁਹਾਡਾ ਬੇੜਾ ਕਰ ਪਿੱਛੋਂ ਪਛਤੋ ਗਾਣੇ ਸੁਣਦੇ ਰਹੀਦਾ ਕੱਖ ਨਹੀਂ ਰਹਿਣ ਦਿੱਤਾ ਇਹਨਾਂ ਕੁੜੀਆਂ ਨੇ ਯਕੀਨ ਕਰ ਲਓ ਪਹਿਲੇ ਉਹ ਮਾਈ ਸੀ ਜਵਾਨ ਹੁੰਦੀ ਸੀ ਟੋਪੀ ਵਾਲਾ ਬੁਰਖਾ ਪਾ ਕੇ ਨੱਚਦੀ ਹੁੰਦੀ ਬੂਮ ਬੂਮ ਤੇ ਉਦੋਂ ਐਕਟਰਾਂ ਦੀ ਇੱਜ਼ਤ ਹੁੰਦੀ ਚਲੋ ਅੱਛੇ ਡਰਾਮੇ ਤੇ ਹੁੰਦੇ ਸਾਈਕਲ ਤੇ ਜਿਆਦਾ ਅਗਲੇ ਰੋਕ ਕੇ ਕਹਿੰਦੇ ਬੋਤਲ ਹੀ ਪੀ ਲਓ ਆ ਕੁੜੀਆਂ ਹੁਣ ਕਮੀਜ਼ਾਂ ਚੁੱਕਦੀਆਂ ਹੁਣ ਗੱਡੀ ਤੇ ਵਜਾਏ ਤਾਂ ਅਗਲੇ ਰੋਕ ਕੇ ਕਹਿੰਦੇ ਆ ਸੈਮਾ ਦਾ ਨੰਬਰ ਤੇ ਨਹੀਂ ਲੋਕੀ ਦੱਲੇ ਹੁੰਦੇ ਸੀ ਦਗੜ ਦੱਲੇ ਬਣ ਗਏ ਬੇੜੇ ਕਰ ਕਰਦੇ ਹੁਣ ਤਾਂ ਸ਼ਰਮਿੰਦਗੀ ਹੁੰਦੀ ਕਹਿਣ ਲੱਗਿਆ ਯਾਰ ਅਸੀਂ ਡਰਾਮੇ ਕਰਦੇ ਹਾਂ ਹੋਰ ਕੁੜੀਆਂ ਗੱਲਾਂ ਕਰਨੇ ਕੁੜੀਆਂ ਇੰਜ ਕਮੀਜ਼ਾਂ ਲਾਦੀ ਕੁੜੀਆਂ ਇੰਜ ਗਾਣੇ ਕਰਦੇ ਤੂੰ ਜਿਹੜੇ ਗੰਦੇ ਗਾਣੇ ਵੇਖਣਾ ਜਾ ਕੇ ਹਾਂ ਉਹ ਤਾਂ ਮੈਂ ਕੁੜੀਆਂ ਨੂੰ ਸਮਝਾਉਂ ਜਾਣਾ ਤੂੰ ਅੱਬਾ ਉਹਨਾਂ ਦਾ ਉਹ ਜੋ 10-10 ਹਜ਼ਾਰ ਕੱਪੜੇ ਤੇ ਲਾਉਂਦੀਆਂ ਸੌਂਦੀਆਂ ਨਵੇਂ ਮੈਂ ਉਹਨਾਂ ਕਿਹਾ ਨਵੇਂ ਨਾ ਸਵਾ ਉੱਪਰ ਆ ਕੇ ਵੀ ਤਾਂ ਲਾਉਣਾ ਹੀ ਹੁੰਦੇ ਬਾਹਰੋਂ ਹੀ ਆ ਖੂਨ ਨਾ ਛਾਪੇ ਪਵਾਓ ਕੰਧਾਂ ਟਪਾਓ ਹੋਰ ਸੁਣਾਓ ਬਦਮਾਸ਼ ਦਾ ਮੋਹ ਬੈਠ ਜੂ ਕਰੇ ਜਾ ਕੰਮ ਕਰ ਜਾ ਕੇ ਮਾਈਏ ਉਹੀ ਕੰਮ ਕਰ ਤੇਰੇ ਨਾਲ ਮੈਂ ਪਿਆਰ ਕਰਨਾ ਮਾਈ ਕਿਉਂਕਿ ਤੇਰੀ ਉਮਰ ਜ਼ਿਆਦਾ ਤੈਨੂੰ ਤਜਰਬਾ ਬੜਾ ਹੀ ਬੇੜਾ ਪੁੱਤ ਤੇਰਾ ਬੇੜਾ ਕਰ ਕਰਨਾ ਕੱਖ ਨਹੀਂ ਰਹਿ ਦਿੱਤਾ ਮੈਨੂੰ ਧੀ ਘਵਾ ਦਿੱਤਾ ਆ ਭਾਜੀ ਤੁਹਾਡੀ ਮੇਰੀ ਗੱਲ ਮੰਨ ਲਿਓ ਕਿਸੇ ਡਰਾਮੇ ਵਾਲੀ ਕੁੜੀ ਨਾਲ ਵਿਆਹ ਨਾ ਕਰੇ ਜਦੋਂ ਵੀ ਕਰਨਾ ਕਿਸੇ ਸ਼ਰੀਫ ਕੁੜੀ ਨਾਲ ਵਿਆਹ ਕਰੋਗੇ ਤੁਸੀਂ ਕੰਮ ਤੇ ਜਾਓਗੇ ਸਾਡੀ ਭੈਣ ਪਿੱਛੇ ਦੁਆ ਕਰੇ ਕਿ ਯਾ ਅੱਲਾ ਮੇਰਾ ਬੰਦਾ ਕੰਮ ਤੇ ਗਿਆ ਖੈਰ ਖਰੀਅਤ ਨਾ ਆਵੇ ਔਰ ਡਰਾਮੇ ਵਾਲੀ ਕੁੜੀ ਨਾਲ ਵਿਆਹ ਕਰ ਲਓਗੇ ਤੁਸੀਂ ਕੰਮ ਤੇ ਜਾਣੇ ਨੇ ਪਿੱਛੋਂ ਦੁਆ ਕਰਨੀ ਯਾ ਅੱਲਾ ਕਿਤੇ ਉੱਤੋਂ ਹੀ ਨਾ ਆ ਜੇ ਜਿਹੜੇ ਕਰ ਤੋਬਾ ਕੀ ਆਉਣੀ ਸੋਹਣੀ ਲੱਗਣੀ ਹੈ ਡਰਾਮੇ ਵਾਲੀ ਕੁੜੀਆਂ ਦੀਆਂ ਭੈੜੀਆਂ ਨਹੀਂ ਹੁੰਦੀਆਂ ਇਸ਼ਕ ਵੀ ਤੁਸੀਂ ਕਰਦੇ ਡਰਾਮੇ ਵਾਲੀ ਕੁੜੀਆਂ ਨਾਲ ਕਿਤੇ ਇਸ਼ਕ ਕਰਦੇ ਆ ਮਰ ਜਾ ਚੂਸਰੀ ਵਰਗਾ ਮੂੰਹ ਹੋ ਜਾਂਦਾ ਤੁਹਾਡਾ ਇਸ਼ਕ ਕਰ ਕਰਕੇ ਚੂਸ ਤੇ ਕੀਤਾ ਕਿ ਨਹੀਂ ਵੀ ਤੇ ਦੱਸਣਾ ਜਿਨ੍ਹਾਂ ਨਾਲ ਇਸ਼ਕ ਕਰਦੇ ਹੋ ਮਾਈਏ ਤੇਰਾ ਬੇੜਾ ਕਰ ਮੇਰਾ ਹੀ ਬੇੜਾ ਕਰ ਕਰੀ ਮੇਰਾ ਹੀ ਖਾਨਾ ਖਰਾਬ ਕਰੀ ਅੱਲਾ ਕਰੇ ਤੈਨੂੰ ਮੰਗਣਾ ਸ਼ੁਰੂ ਹੋ ਜਾਣ ਜਾ ਤੇਰਾ ਕਾਕੜੀ ਰਹਿਣਾ ਆਇਆ ਤੇਰਾ ਕਾਕੜੀ ਰਹਿਣਾ ਭਾਈਏ ਆਇਆ ਤੂੰ ਵੀ ਖਾਲੀ ਬਸਾਂ ਲੁੱਟਣ ਵਾਲਿਆ ਪੁੱਤਰ ਭਰੀਆਂ ਲੁੱਟ ਕੇ ਮਾਰ ਖਾਣੀ ਹੈ ਮੇਰਾ ਚਾਚਾ ਹੋਇਆ ਕੀ ਹੈ ਐ ਰਹੀਆਂ ਬਜ਼ੁਰਗ ਹਸੀਨਾ ਹਾਂ ਆ ਰੋਬੋ ਨੀਲ ਜਿਹੜੀ ਕੁੜੀ ਆ ਹਾਂ ਇਹਨੂੰ ਧੀ ਘਵਾਤਾ ਹੀ ਮੇਰੇ ਇਹਨਾਂ ਦਾ ਬੇੜਾ ਇਹਨੂੰ ਕੀ ਹੋਇਆ ਤੈਨੂੰ ਤੇ ਨਹੀਂ ਨਾ ਪੁੱਤਰ ਗਿਆ ਇਹਨਾਂ ਔਰਤਾਂ ਦਾ ਬੇੜਾ ਗਰਕ ਹੋ ਜਾਣਾ ਇਹਨਾਂ ਫੜ ਕੇ ਨਿਜ਼ਾਮ ਤਬਾਹ ਕਰ ਛੜਿਆ ਚੰਗੇ ਬਲੇ ਅੱਗੇ ਡਰਾਮੇ ਚੱਲਦੇ ਹੁੰਦੇ ਸਨ ਲੋਕੀ ਆ ਕੇ ਬੁੱਗੀ ਤੇ ਪੁੱਛਦੇ ਹਾਂਜੀ ਟਾਰਗੇਟ ਡੈਡੀ ਹੈ ਮਸਤਾਨਾ ਹੈ ਹੁਣ ਸਿੱਧਾ ਆ ਕੇ ਪੁੱਛਦੇ ਨੇ ਉਹ ਵਿਖਾਉਂਦੀਆਂ ਨੇ ਮੈਨੂੰ ਤਾਂ ਗੁੱਸਾ ਚੜਨ ਡੇ ਇਹ ਇਹਦੇ ਡਰਾਮੇ ਦੇ ਕਮੀਜ਼ਾਂ ਲਾਉਂਦੀਆਂ ਨੇ ਜਦੋਂ ਗੁੱਸਾ ਚੜ ਗਿਆ ਨਾ ਤਾਂ ਮੈਂ ਧੋਤੀ ਚੁੱਕ ਦੇਣੀ ਹੈ ਇਹਨਾਂ ਨੂੰ ਪੈਸੇ ਹੁੰਦੇ ਨੇ ਮੈਨੂੰ ਵੱਧ ਤੋਂ ਵੱਧ ਖੰਜਰ ਹੀ ਵਜਣ ਗਣਾ ਔਰ ਨਾ ਚੁੱਕੀ ਉਹ ਧੋਤੀ ਕਿਉਂ ਇਹਦੇ ਕਮੀਜ਼ਾਂ ਚੁੱਕਦੀਆਂ ਨੇ ਉਹਨੂੰ ਨਾਮ ਹੁੰਦੇ ਨੇ ਕਲੈਪਿੰਗ ਹੁੰਦੀ ਤੂੰ ਧੋਤੀ ਚੁੱਕਣੀ ਵਿੱਚ ਬੰਦਿਆਂ ਨੇ ਕਹਿਣਾ ਚਾਚਾ ਕਦੇ ਹਮਾਮ ਤੇ ਵੀ ਚੱਲ ਜਾ ਕਰ ਕਿ ਸਿੱਖਾਂ ਦਾ ਮੁੰਡਾ ਬਣ ਕੇ ਫਿਰਦੇ ਆ ਕਿੱਥੇ ਚੱਲੀ ਚਲੋ ਜਾਓ ਅੰਦਰ
ਔਰ ਤੇਰਾ ਬੇੜਾ ਕਰ ਬਣਾ ਮਾਈ ਮੇਰਾ ਹੀ ਬੇੜਾ ਕਰ ਕੋਏ ਇਹਦੀ ਅੱਗੇ ਮੈਨੂੰ ਹਮਾਮਾ ਵਾਲਾ ਸ਼ਿਕਾਇਤ ਕਰਨ ਦੇ ਆ ਕੀ ਉਹਦਾ ਹਰੀ ਡੰਡੀ ਵਾਲਾ ਉਸਤਰਾ ਚੁੱਕ ਲਿਆ ਹੀ ਮਾਈ ਤੇਰਾ ਕੱਖ ਨਹੀਂ ਰਹਿਣਾ ਇਹੋ ਜੀ ਇਹੋ ਜੀ ਔਰ ਤਾਂ ਹਮਾਮ ਤੇ ਵੀ ਨਾਮ ਨਹੀਂ ਸੁਣ ਉਹਦਾ ਤਾਂ ਨਾਈ ਤੂੰ ਪਾਕਿਸਤਾਨ ਆ ਗਿਆ ਹੈ ਬੈਠੋ ਪੁੱਤਰ ਜੀ ਬੈਠੋ ਮਾਸ਼ਾਅੱਲਾ ਕੈਸਾ ਲੱਗਿਆ ਸਾਡਾ ਪਿਆਰਾ ਪਾਕਿਸਤਾਨ ਬਹੁਤ ਅੱਛਾ ਲੱਗਾ ਪਾਕਿਸਤਾਨ ਬੈਠੋ ਪੁੱਤਰ ਜੀ ਬੈਠੋ ਇਹ ਪਾਕਿਸਤਾਨ ਸੁਆ ਬੈਠਣਾ ਖੜਾ ਕੇ ਬਾਤ ਕਰੋ ਉਹ ਖੜਾ ਆ ਕੇ ਪੁੱਤਰੇ ਪਾਕਿਸਤਾਨੀ ਮੂੜਾ ਕੁਛ ਨਹੀਂ ਆਂਦਾ ਬਾਈ ਉਹ ਉਹ ਸੁਸੂ ਮਾਰੇ ਸਾਹ ਬਦਤਮੀਜ਼ੀ ਨਹੀਂ ਕਰਨੀ ਬਦਤਮੀਜ਼ੀ ਨਹੀਂ ਕਰਨੀ ਬਾਤ ਉਹ ਪੁੱਤਰ ਜੀ ਹੁਣ ਸੁਣਾ ਪਾਕਿਸਤਾਨੀ ਖਾਣਾ ਖਾਦਾ ਕੈਸਾ ਮਜ਼ਾ ਆਇਆ ਉਹ ਸੁਸੂ ਆਪਣੇ ਪਾਕਿਸਤਾਨੀ ਖਾਣਾ ਖਾਇਆ ਔਰ ਹਮਾਰੀ ਸੁਸੂ ਹੋ ਗਈ ਤੁਸੀਂ ਵੀ ਅੰਗਰੇਜ਼ ਹੋ ਤੁਹਾਡੇ ਤੇ ਸੁਸੂ ਹੁੰਦੀ ਹੀ ਨਹੀਂ ਯਹੀ ਤੋ ਸਾਰੀ ਬਾਤ ਹੈ ਹਮ ਦੂਸਰੇ ਕੀ ਸੂ ਸੂ ਕਰਵਾ ਦੇਤੇ ਮੈਂ ਤੁਹਾਡੀਆਂ ਵਾਲਾ ਫਿਲਮਾਂ ਨਹੀਂ ਵੇਖੀਆਂ ਕੀ ਹੋਆ ਹਮਾਰੀ ਫਿਲਮ ਕੋ ਨਾ ਕੋ ਲੜਾਈ ਹੁੰਦੀ ਹੈ ਨਾ ਕੋ ਗੋਲੀ ਚੱਲਦੀ ਹੈ ਨਾ ਕੋ ਮੁੱਕਾ ਵੱਜਦਾ ਪਸੀਨਾ ਹੀ ਆਈ ਜਾਂਦਾ ਓ ਸੂ ਸੂ ਹਮ ਬੰਦੇ ਸੇ ਮੁਸ਼ਕਤ ਕਰਵਾਤੇ ਹੈ ਉਹ ਕਿਹੜੀ ਮੁਸ਼ਕਤ ਹੈ ਦੱਸ ਚਾਚਾ ਕਿਹੜੀ ਮੁਸ਼ਕਤ ਹੈ ਆ ਓ ਸੂ ਸਲਾਮ ਸੇ ਬੈਠੋ ਕਿਉਂ ਆਪਣੇ ਬੰਦਈ ਕੋ ਛੇੜਦਾ ਹੈ ਇਹ ਤਾਂ ਪਾਕਿਸਤਾਨ ਚ ਆ ਗਿਆ ਪਾਕਿਸਤਾਨ ਚ ਰਹਿਣਾ ਬਹਿਣਾ ਸਿੱਖੋ ਛੱਡ ਦਿਓ ਅਮਰੀਕਾ ਦੀ ਜਾਨ ਆਪਣੇ ਸਕੋਲਰੀ ਪੈਦਾ ਕਰੋ ਆਪਣੇ ਮੁਲਕ ਨੂੰ ਤਰੱਕੀ ਯਾਫਤਾ ਕਰੋ ਕੋਈ ਕਿਸੇ ਨੂੰ ਗਲਤਾਂ ਕੰਡੇ ਆ ਕੋਆਂ ਦੇ ਹਿੰਦੂ ਗਲਤ ਨੇ ਕੋਆਂ ਦੇ ਫਲਾਣਾ ਗਲਤ ਤੇ ਗਲਤ ਸੀ ਆਪ ਅਸੀਂ ਆਪਣੇ ਆਪ ਦਾ ਇਤਸਾਬ ਨਹੀਂ ਕਰਦੇ ਜੀ ਛੱਡ ਦਿਓ ਤੇ ਐ ਵੇਖਾਂ ਅੱਛਾ ਤਾਂ ਹੈ ਅੱਛਾ ਕਪੜਾ ਪਹਿਨਾ ਹੋਇਆ ਕੀ ਹੋ ਗਿਆ ਇਹ ਅਦਾਲਤ ਵਾਲਿਆਂ ਹੁਣ ਟੋਕੇ ਕਿ ਮੇਰੇ ਤੋਂ ਬਾਹਰ ਸੇ ਫਿਰਾ ਕਰੇ ਕਿਉਂਕਿ ਇਹ ਹਨੇਰੀ ਵੀ ਆ ਸਕਤੀ ਹੈ ਆ ਵੇਖੋ ਭਰਾ ਮੇਰੇ ਨੂੰ ਕਿਉਂ ਤੂੰ ਤੇ ਪਵਾਇਆ ਅਮਰੀਕਾ ਦੀ ਜਾਣ ਉੱਥੇ ਅਮਰੀਕਾ ਦੇ ਵਿੱਚ ਬਰਫ ਪੈਂਦੀ ਹੈ ਉੱਥੇ ਤੇ ਪੈਪਾਂ ਚ ਪਾਣੀ ਜੰਮ ਜਾਂਦਾ ਪਿਆਰਾ ਪਾਕਿਸਤਾਨ ਜਿੰਨੀ ਮਰਜ਼ੀ ਕੱਕਰ ਪੈਂਦਾ ਹੋਵੇ ਬਰਫ ਪੈਂਦੀ ਹੋਵੇ ਪਾਣੀ ਫਰ ਫਰ ਪੈਪਾਂ ਚ ਜਾਂਦਾ ਹਾਂਜੀ ਭਾਵੇਂ ਟੂਟੀ ਘੁੱਟ ਕੇ ਦੱਸ ਦਿਓ ਟੂਟੀ ਦੇ ਉੱਤੇ ਤਿੰਨ ਇੱਟਾਂ ਰੱਖ ਦਿਓ ਫਿਰ ਵੀ ਹਲਕਾ ਹਲਕਾ ਟਿਪ 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 ਓ ਸੁਸੂ ਇਸੀਏ ਤੋਂ ਹਮ ਪਾਕਿਸਤਾਨ ਨਹੀਂ ਆਤਾ ਥਾ ਕਿਉਂਕਿ ਆਪਕਾ ਪੈਪ ਲੀਕ ਹੋਤਾ ਹੈ ਇਹ ਪੈਪ ਨਾ ਨਾ ਲੀਕ ਹੋਵੇ ਤੇ ਪਿੱਛੋਂ ਮੋਟਰ ਗਰਮ ਹੋ ਜਾਂਦੀ ਹੈ ਪਾਣੀ ਨਹੀਂ ਕੱਢਣਾ ਹੁੰਦਾ ਓ ਸੁਸੂ ਮੁਝੇ ਮੈਂ ਕਹਿੰਦਾ ਨਹੀਂ ਪਤਾ ਹਮ ਪਾਕਿਸਤਾਨ ਆ ਗਿਆ ਹੈ ਹਮ ਇਸ ਸ਼ਹਿਰ ਕਰੋ ਸ਼ਹਿਰ ਅੱਲਾ ਮਾਫ ਕਰੇ ਇਹ ਪਾਕਿਸਤਾਨ ਚ ਆ ਗਈ ਹੈ ਨਾ ਗੁਜਰਾਲ ਚ ਆ ਗਈ ਹੈ ਹਰ ਜਗ੍ਹਾ ਤੇ ਜਾ ਹਰ ਜਗ੍ਹਾ ਤੇ ਜਾ ਇੱਕ ਬਾਜ਼ਾਰ ਨਹੀਂ ਜਾਣਾ ਕਿਉਂ ਅਰੈਨਾ ਵਾਲੀ ਗਲੀ ਤੂੰ ਉੱਥੇ ਜਾ ਕੇ ਕਹਿਣਾ ਹਾਏ 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 ਵਿਚੜਾ ਉੱਥੇ ਬਲਾ ਕੀ ਹੁੰਦਾ ਵਹਾਂ ਕੀ ਹੁੰਦਾ ਹੈ ਉੱਥੇ ਹੁੰਦਾ ਫਿੰਗਰ ਵਰਕ ਇਹ ਫਿੰਗਰ ਵਰਕ ਕੀ ਹੁੰਦਾ ਮੈਂ ਜੁਮੇ ਵਾਲੇ ਦਿਨ ਦੋ ਕਮੀਜ਼ਾਂ ਬਣਵਾਈਆਂ ਨੇ ਔਰ ਠੀਕ ਹੈ ਕਮੀਜ਼ ਸੇ ਬਾਤ ਕਰੋ ਬੁੱਢਾ ਮੈਂ ਕਮੀਜ਼ ਤੇ ਮੈਂ ਹਮ ਤੁਹਾਡੀ ਬਹੂ ਹੈ ਇੱਥੇ ਪਾਸ ਆਓ ਪਿੱਛੇ ਹਟ ਕੇ ਬਾਤ ਕਰੋ ਅਲੇ ਬਹੂ ਅਲੇ ਕਮੀ ਕਮੀ ਬਦਬੂ ਆ ਰਹੀ ਹੈ ਬਦਬੂ ਤੇ ਤੂੰ ਕਿਹੜਾ ਕੋ ਖੁਸ਼ਬੂ ਵਾਲਾ ਖਸਮ ਲੈ ਕੇ ਆਈ ਇਹ ਮੇਰਾ ਮੁੰਡਾ ਹੀ ਉਹ ਉਹ ਹਮਾਰਾ ਖਸਮਾ ਹੈ ਖਸਮਾ ਬੜਾ ਕਮੀਜ਼ ਵਾਲਾ ਹੈ ਜਾਨ ਨਹੀਂ ਖਸਮਾਂ ਨੂੰ ਖਾਣੀ ਹੈ ਭਾਈ ਕੀ ਗੱਲ ਪੁੱਤਰ ਜੀ ਕੌਣ ਸੀ ਇਹ ਆਪਣਾ ਆਪਣਾ ਇਹ ਬਦੂਰੀ ਟਕਸ਼ਰ ਨਹੀਂ ਸੀ ਇਹ ਤੁਹਾਡੀ ਭਰਜਾਈ ਸੀ ਪੁੱਤਰ ਜੀ ਅੱਛਾ ਪਾਇਨਾ ਕੁਬਰ ਦੀ ਬੁੱਢੀ ਹਾਂਜੀ ਅੰਦਰ ਜਾਓ ਅੰਦਰ ਚੱਲੀ ਪੁੱਤਰ ਮੇਰੀ ਹੁਣ ਕਮਰੇ 'ਚ ਲਾਸ਼ ਕੱਢਣੀ ਇਥੇ ਕਦੀ ਭੁਆ ਨਾ ਆ ਜਾਵੇ ਨਾ ਮਾਜੇ ਪੈਲ ਆਪਣਾ ਸ਼ਦਾਦੇ ਮਾਜਾ ਪੈਲ ਮਨੋ ਇੱਥੇ ਮੂੰਹ ਦੀ ਮੁਰਾਦ ਪੂਰੀ ਹੋ ਗਈ ਤੇਰਾ ਨਾਂ ਲਿਆ ਇਸ ਕਮਰੇ ਦੇ ਵਿੱਚ ਮੇਰੀ ਅੰਮੀ ਮੇਰਾ ਅੱਬੂ ਤੇ ਇੱਕ ਪਰੌਣਾ ਹੀ ਅੱਜ ਤੇ ਮੇਰੀ ਵਾਰੀ ਸੀ ਆਪਾਂ ਤੇਰੇ ਬਿਨੇ ਤੇ ਗੱਲਬਾਤ ਕਰਨੀ ਆ ਕੀ ਹੈ ਅੱਛਾ ਆਪਾ ਜੀ ਸ਼ਦਾਦੇ ਸ਼ਦਾਦੇ
अस्सलाम वालेकुम प्यारे बच्चों। वालेकुम नहीं कहते, वालेकुम सलाम पूरा कहते। प्यारे बच्चों आज हम मश्क नंबर 22 पढ़ेंगे। अच्छा मेरी गल सुनो। आओ। तुसी बदमाशी छाट के ना ते चूड़ियां पा के किसी दा घर वसाओ ते डॉक्टर को जाके वेले वाले पता करो कि किन्ना महीना है। अठवां केड़ा महीना? आराम नाल ख्याल करो। शरादी दराई किधर ने? शरादी किने फोन किते ने? मैडम नु भी किसी ने दस वन बाय वन। शरादी किने फोन किते ने? की होया? असी रात नु फोन बंद कर दी ते ओ तेरी भैन दे यार फिर मेरे घर आके बैठे ने। आज उधर चले गए? आठ दी आठ मेरे घर ते कब्जा करके बैठे ने। आज शहजादिया तू फिक्र ना कर रे, आज तो बाद तू जाना नहीं, इत्थे रहना। इत्थे? हां ना असी कत्ल करांगे। सवाल ही नहीं पैदा सकदा कि मैं इत्थे रहवां। क्यों? होया की? होया की है? हां ओ कहंदे ने असी घर नहीं छड़ना। शहजादिए ना छड़ना, असी छुड़वाओगे, कत्ल कर देंगे इंज। ओवां बेटे उधर चला जा, तीन नंबर ते आ रही शाली मार। खड़कान शहजादा छे बसां सत भैणा अपनियां ट्रांसपोर्टर मेरा पहलवान गैरतमंद। अच्छा जी पहलवान दे कुड़ी कर ली। पहलवान दी गैरत ने जोश मारे, पंचायत ला ली। कुड़ी आले ने पहलवान कहा चलो सानू माफ करो पहलवान जी, साडी कुड़ी। पहलवान कहंदा इंज माफी नहीं मिलनी, साडी कड्डोगे ते मिलेगी। फेर आ गई मां। सही गल है मैडम। खैर हो जाते बाद चो किड्डा मासूम हो जाता इंज करके। मेरा पहलवान पहले केले बेचदा सी। एक बंदा कहंदा किन्ने दा केला? कहंदा 2 रुपए दा। ओ कहंदा 1.5 दा देना। कहंदा ला 2.5 दा ते मैनूं पिछों पैंदा। बरसाती कीड़ा कित्थों आया? बाजी हुणी खुड च निकलिया जे। खुड च ते उदों निकला जदों पानी पवे। ਸਾਰੇ ਜੇ ਪਾਣੀ ਪਾਏਗਾ ਤੇ ਕੀੜਾ ਬਾਹਰ ਆਏਗਾ ਨਾ। ਨੈਸ਼ਨਲ ਜੀਓਗ੍ਰਾਫੀ ਪਹਿਲਵਾਨ ਸ਼ਹਜ਼ਾਦਾ ਪਾਮੋ ਕੀ 22 ਬੰਦਿਆਂ ਨੂੰ ਗਾਲਾਂ ਕੱਢ ਕੇ ਆਇਆ। ਹਾਂ ਉਹ ਸਾਰੇ ਬਦਲਾ ਲੈਣ ਆ ਕੇ ਭਵਾਨ ਘਰ ਵੜ ਗਿਆ, ਘਰੋਂ ਹੀ ਨਹੀਂ ਨਿਕਲਿਆ। ਉਹ ਤੇ ਭਵਾਨ ਦੀ ਅੰਮੀ 3 ਘੰਟੇ ਨੱਚੀ ਤਾਂ ਜਾ ਕੇ ਜਾਣ ਚੁੱਕੀ ਆ। ਭਲਵਾਨ ਸ਼ਹਜ਼ਾਦਾ ਮੈਂ ਨਹੀਂ ਸ਼ਹਜ਼ਾਦਾ ਮੇਰਾ ਸ਼ੇਰ जुती चुकी घर जाके अपनी बुढ़ी ने कहना मैं तेरे लिए जुती लिया। एदी बुढ़ी कहंदी शुकर है मैं राती उत्थे ही भुल गई सां। सच्ची मुची तारीफ सी? नहीं ਪਹਿਲਵਾਨ ਦਾ ਨਿਕਾਹ ਲੱਗਾ। ਮੇਰਾ ਹੋਇਆ ਨਹੀਂ ਨਿਕਾਹ, ਰਹਿਣ ਦੇ। ਨਹੀਂ ਨਹੀਂ ਕਰਵਾ ਲਵੋ। ਪਹਿਲਵਾਨ ਦਾ ਨਿਕਾਹ ਲੱਗਾ, ਮੌਲ ਸਾਹਿਬ ਕਹਿੰਦੇ ਕਲਮੇ ਕਿੰਨੇ? ਇਹ ਕਹਿੰਦਾ 2 ਕਰ ਲਓ। ਉਹ ਕਹਿੰਦਾ ਬਕਵਾਸ ਕਰ, ਦੱਸ ਕਿੰਨੇ ਆ? ਕਹਿੰਦਾ ਜੀ 8 ਕਰ ਲਓ। ਉਹ ਕਹਿੰਦਾ ਅਗਰ ਤੂੰ ਸਹੀ ਨਾ ਦੱਸੇ ਤੇਰਾ ਨਿਕਾਹ ਨਹੀਂ ਹੋਣਾ। ਕਹਿੰਦਾ 50 ਕਰ ਲਓ ਜੀ। ਹਾਂ ਉਹਨੇ ਕਿਹਾ ਵੀ ਨਿਕਲ ਜਾ ਤੇਰਾ ਨਿਕਾਹ ਨਹੀਂ, ਆਪਣੇ ਘਰ ਗਿਆ ਦੀ ਅੰਮੀ ਕਹਿੰਦੀ ਪੁੱਤਰ ਕੀ ਗੱਲ ਆ? ਕਹਿੰਦਾ ਮੌਲ ਵੀ ਕਹਿੰਦਾ ਕਲਮੇ ਕਿੰਨੇ? ਇਹਦੀ ਅੰਮੀ ਕਹਿੰਦੀ ਤੂੰ ਕਹਿ ਦੇਣਾ 6। ਕਹਿੰਦਾ ਲੈ ਉਹਨੂੰ ਮੈਂ 50 ਕੇ ਤਦ ਨਹੀਂ ਮੰਨਿਆ।
ਨਹੀਂ ਸ਼ਦਾਦਾ ਨੇ ਬਲਵਾਨ ਸ਼ਦਾਦਾ ਆਦਮੀ ਹੈ ਔਰ ਰਹਿਣ ਦੇ ਤੂੰ ਓਏ ਸ਼ਦਾਦਾ ਬਲਵਾਨ ਓਏ ਜਾਣਦੇ ਹੋ ਤੂੰ ਜਿਹੋ ਜਿਹਾ ਤੇਰਾ ਮੂੰਹ ਜਾ ਕੇ ਸਟੇਸ਼ਨ ਤੇ ਮੂੰਗਫਲੀ ਵੇਚ ਕਿਵੇਂ ਤੂੰ ਹਰ ਗੱਲ ਜੀ ਭਲਵਾਨ ਸ਼ਦਾਦਾ ਭਲਵਾਨ ਆਪਣਾ ਸ਼ਦਾਦਾ ਭਲਵਾਨ ਜੀ ਛੱਡੋ ਤੁਸੀਂ ਵੀ ਨਾਲ ਕੁੱਤੇ ਹੀ ਹੋ ਜਾਂਦੇ ਭਲਵਾਨ ਦੱਸੋ ਘੁਲਦਾ ਵੀ ਰਿਹਾ ਹਾਂ ਜੀ ਪਠਾਨ ਨਾਲ ਕੁਛ ਦੇਖਦਾ ਮੂੰਹ ਦੇਖਦਾ ਗੌਰ ਨਾਲ ਇਹੋ ਜਿਹੇ ਸੁਨਿਆਰਿਆਂ ਕੋ ਦੀਵੇ ਹੁੰਦੇ ਨੇ ਮੇਰੀ ਗੱਲ ਹੋਣ ਦਿੱਤੀ ਮੈਂ ਤੇਰੇ ਦੀਵੇ ਪੈਣਦੇ ਆ ਚਾਚੇ ਦਾ ਮੂੰਹ ਚੱਲ ਵੇਖ ਲੋ ਚਾਚੇ ਦਾ ਮੂੰਹ ਵੇਖ ਲੋ ਮੂੰਹ ਵੇਖ ਲੈ ਜਿਹੜਾ ਸ਼ਹਿਰ ਨਿਕਲੀ ਹੋਵੇ ਕਿਉਂ ਵੇਣਾ ਪੁਰਾਣੇ ਪੁਰਾਣੇ ਦੌਰ ਦੇ ਰੇਡੀ ਕਾਲ ਬਈ ਸਾਰੇ ਜਾਣੇ ਕਿਤੇ ਚਾਚਾ ਕੀ ਟੈਨਸ਼ਨ ਕੋਈ ਮਸਲਾ ਕਿਹੜੇ ਦੋਨੇ ਬੇਵਕੂਫਾ ਕਿਹੜੇ ਦੋਨੇ ਬੇਵਕੂਫਾ ਬੋਰੀਆਂ ਰੱਖਦੇ ਤੇਰੇ ਭਲਵਾਨ ਸ਼ਹਿਜ਼ਾਦਾ ਭਲਵਾਨ ਦੀ ਜੋੜੀ ਕੋਈ ਨੀ ਅੱਛਾ ਜੀ ਭਲਵਾਨ ਦਾ ਵਿਆਹ ਭਲਵਾਨ ਦਾ ਕੀ ਨੇ ਜੋੜ ਕੋਈ ਨੀ ਕਿਉਂ ਸਾਰੇ ਹਿੱਲੇ ਨੇ ਹਲਾ ਕੇ ਪੁੱਛ ਰਹੇ ਹੋ ਕੀ ਪੇ ਕਰਦੇ ਹੋ ਪਹਿਲਵਾਨ ਪਵਾਨਾਂ ਦਾ ਪੁੱਤਰ ਜੀ ਹਾਂ ਪੰਜਾਂ ਸੱਤਾਂ ਅੱਠਾਂ ਦਾ ਪਵਾਨ ਦਾ ਆਪਾ ਬਦਮਾਸ਼ ਪਵਾਨ ਦਾ ਦਾਦਾ ਪਵਾਨ ਦਾ ਦਾਦਾ ਤੇ ਏਡਾ ਵੱਡਾ ਬਦਮਾਸ਼ ਹੈ ਪੂਰੇ ਪਿੰਡ ਚ ਕਿਸੇ ਦੀ ਜੁਰਤ ਨੀ ਅੱਖ ਚੁੱਕ ਕੇ ਵੇਖੇ ਅੱਛਾ ਪਾਗਲ ਹੈ ਨੰਗਾ ਹੀ ਪਿਆ ਰਹਿੰਦਾ ਨਹੀਂ ਮਰਨਾ ਸੀ ਕਿੰਨੇ ਬੰਦੇ ਨੇ ਅੱਠ ਮੈਂ ਵੀ ਉਹਨਾਂ ਦੇ ਨਾਲ ਹੀ ਮਰਨਾ ਹੀ ਹੋਰ ਭਲਵਾਨ ਸ਼ਹਿਜ਼ਾਦਾ ਭਲਵਾਨ ਤੇਰੇ ਇੰਨੇ ਵਾਲ ਆ ਪਹਿਲੇ ਰਿਛ ਹੁੰਦਾ ਸੀ ਕਿੰਨੇ ਬੰਦੇ ਨੇ ਅੱਠ ਨਵਾਂ ਚਾਚਾ ਵੀ ਜੇ ਨਵਾਂ ਚਾਚਾ ਕਿ ਨਵਾਂ ਚਾਚਾ ਭਲਵਾਨ ਸ਼ਹਿਜ਼ਾਦਾ ਖੈਰਾ ਜੀ ਭਲਵਾਨ ਜੁਮਾ ਪੜਨ ਗਿਆ ਪਹਿਲੇ ਖੱਬੇ ਪਾਸੇ ਸਲਾਮ ਫੇਰ ਲਿਆ ਮੈਂ ਕਿਹਾ ਕੀ ਕਹਿੰਦਾ ਮੈਂ ਖੱਬੂ ਆ ਭਲਵਾਨ ਜਹਾਜ਼ ਚ ਬੈਠਾ ਰੋਜ਼ਾ ਰੱਖ ਮੈਂ ਨਹੀਂ ਬੈਠਾ ਜਹਾਜ਼ ਚ ਹਟ ਪਰੇ ਉਹ ਤੈਨੂੰ ਕੋਈ ਮਸੀਤੇ ਨਹੀਂ ਬਹਿਣ ਦਿੰਦਾ ਸਾਲਿਆ ਉਹਦੇ ਨਾਲ ਵੀ ਗੱਲ ਕਰ ਇਹਨੂੰ ਭੈਣ ਦਾ ਰਿਸ਼ਤਾ ਦਿੱਤਾ ਭਲਵਾਨ ਜਹਾਜ਼ ਚ ਬੈਠਾ ਰੋਜ਼ਾ ਰੱਖ ਕੇ ਤੇ ਉੱਥੇ ਜਾ ਕੇ ਰੋਟੀ ਖਾਣ ਲੱਗ ਗਿਆ ਅੱਛਾ ਬੜਾ ਇੱਕ ਬੰਦਾ ਕਹਿੰਦਾ ਰੋਜ਼ਾ ਹੀ ਕਹਿੰਦਾ ਥੱਲੇ ਆ ਤੁਸੀਂ ਦੇ ਕਿ ਤੁਸੀਂ ਮਾਵਾਂ ਭੈਣ ਦੇ ਘਰ ਜਾਂਦੇ ਹੋਣਾ ਮੈਂ ਨੀ ਜੇ ਭਾਈ ਜਾਂਦਾ ਉਹ ਆਪ ਜੋ ਆ ਜਾਂਦੀਆਂ ਨੇ ਭਲਵਾਨ ਸ਼ਹਿਜ਼ਾਦਾ ਭਲਵਾਨ ਆਪਣੇ ਘਰ ਗਿਆ ਭਲਵਾਨ ਦੀ ਬੁੱਢੀ ਇੱਕ ਗੈਰ ਬੰਦੇ ਨਾਲ ਬੈਠਾ ਮੇਰੀ ਖਾਬ ਚ ਗਿਆ ਨਾਲ ਮੈਂ ਨਹੀਂ ਖਾਬ ਚ ਗਿਆ ਮੇਰੀ ਖਾਬ ਚ ਗਿਆ ਅੱਛਾ ਚਲੋ ਇੱਕ ਵਾਰੀ ਜਾ ਲੈਣ ਦਿਓ ਨਾ ਗਿਆ ਭਲਵਾਨ ਸਾਡੇ ਘਰ ਦਾ ਆਪਣੇ ਘਰ ਗਿਆ ਦੀ ਬੁੱਢੀ ਨਾਲ ਮੰਜੀ ਤੇ ਬਹਿ ਕੇ ਇੱਕ ਗੈਰ ਬੰਦੇ ਨਾਲ ਗੱਲਾਂ ਕਰਨ ਦੀ ਫੇਰ ਭਲਵਾਨ ਦੀ ਗੈਰ ਦੇ ਜੋਸ਼ ਮਾਰਿਆ ਉਹਨੂੰ ਕੁਝ ਨਹੀਂ ਕਿਹਾ ਮੰਜੀ ਵੇਖਤੀ ਮੈਂ ਕਿਹਾ ਸਾਲਿਆ ਬਾਅਦ ਚੋ ਇੰਜ ਖੜੋ ਜਾਂਦਾ ਇੱਥੇ ਤੇਰੀ ਮਾਂ ਦੀ ਗੱਲ ਪਿਆਤੀ ਲੱਗਣ ਲੱਗੀ ਆ ਭਗਵਾਨ ਬੜਾ ਸ਼ਹਿਜ਼ਾਦਾ ਔਰ ਰਹਿਣ ਦੇ ਤੂੰ ਓਏ ਬਸ ਕਰ ਤੂੰ ਇੱਕ ਇੱਕ ਕਰੀ ਨਾ ਕੰਮੋ ਕੀ ਤੋਂ ਆਇਆ ਮੈਂ ਕਿਹਾ ਭਗਵਾਨ ਕਾਹਦੇ ਤੇ ਆਇਆ ਕਹਿੰਦਾ ਬਾਈਏ ਮੈਂ ਕਿਹਾ ਉੱਥੋਂ ਤੇ ਜਹਾਜ਼ ਆਉਂਦਾ ਨਹੀਂ ਕਹਿੰਦਾ ਛੱਤ ਤੇ ਬਹਿ ਕੇ ਆਇਆ ਭਗਵਾਨ ਜੀ ਭਗਵਾਨ ਨੇ ਕੁਕੜੀ ਮਾਰਤੀ ਉਹ ਕਿਉਂ ਜੀ ਮੈਂ ਕਿਹਾ ਕਾਹਤੋਂ ਮਾਰੀ ਕਹਿੰਦਾ ਅੰਡਾ ਨਹੀਂ ਦਿੰਦੀ ਮੈਂ ਕਿਹਾ ਟੀਕਾ ਬਦਲ ਕੇ ਵੇਖ ਲਓ ਲਾਣ ਦਾ ਤੇਰੇ ਦੇ ਬਗੈਰ ਤਾਂ ਉਹਦੇ ਸਾਹਮਣੇ ਦੱਸ ਤਾਂ ਕਿ ਉਹ ਵੀ ਨਾ ਲਵਾਵੇ ਨਾ ਕੋਈ ਚਾਕੂ ਨਾ ਕੋਈ ਖੰਜਰ ਭਲਵਾਨ ਖੰਜਰ ਭਲਵਾਨ ਤੂੰ ਆਣ ਛੱਡ ਦੇ ਮੰਨਿਆ ਤੂੰ ਹੀਰਾ ਮੰਡੀ ਦਾ ਘਰੇਲੂ ਬੱਚਾ ਛੱਡ ਦੇ ਅੱਛਾ ਓਏ ਭਲਵਾਨ ਮਿਹਰਬਾਨੀ ਕਿਸੇ ਕੀਤੀ ਨੀ ਛੇ ਸੱਤ ਮਹੀਨੇ ਹੋ ਗਏ
ਛੇ ਸੱਤ ਮਹੀਨੇ ਹੋ ਗਏ ਕੀਤੀ ਉਦਾਂ ਹੀ ਫਿਰੀ ਜਾਂਦਾ। ਹਾਂ ਤੇਰੇ ਵਾਲ ਐਵੇਂ ਨਹੀਂ ਨਾ ਉੱਡੇ, ਤੇਰਾ ਧਿਆਨ ਹੈਗਾ ਅਸੀਂ ਕੰਧ 'ਚ ਵੱਜ ਵੱਜ ਉੱਡੇ ਨੇ। ਭਲਵਾਨਸ਼ ਦਾ ਭਲਵਾਨ ਪਰਸੋਂ ਆਪਣਾ ਮਲੱਪ ਵੇਖ ਕੇ ਪੀ ਨੂੰ ਜਾਣ ਲੱਗ ਗਿਆ। ਹੁਣ ਕਿੱਥੇ ਵੇ, ਹੁਣ ਕਿੱਥੇ ਵੇ, ਉਹ ਖੜਾ ਪਰੇ ਮੈਂ ਤੇਰਾ ਮਲਾਪਾ ਆਏ ਤਰੀਕ ਤੇ ਰਾਤੀ ਘੁੱਟ ਕੇ ਕਿਉਂ ਫੜੇ ਅਸੀਂ। ਮੈਂ ਚੱਲੀ ਆ ਇਹੋ ਜਿਹੀ ਤਰੀਫ 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 ਆ ਹੁੰਦੀ ਭਾਈ ਜੁੱਤੀ ਲਾਉਣ ਚੱਲੀ ਸੀ ਜੁੱਤੀ ਮੈਂ ਤੇ ਲਾ ਕੇ ਭਾਈ ਮੰਨੋ ਤੁਸੀਂ ਸੇਲਸਮੈਨ ਦੀ ਕਿਉਂ ਨਹੀਂ ਮੰਨਦੇ। ਅੱਗ ਦਾ ਬੂਟਾ ਗੁਲਾਬ ਠੀਕ ਗਿਆ ਤੇ ਨਹਿਰਾਂ ਦਾ ਪਾਣੀ ਸ਼ਰਾਬ ਠੀਕ ਗਿਆ। ਇਹ ਹੁੰਦੀ ਅੱਗ ਦਾ ਬੂਟਾ ਗੁਲਾਬ ਠੀਕ ਗਿਆ ਤੇ ਨਹਿਰਾਂ ਦਾ ਪਾਣੀ ਸ਼ਰਾਬ ਠੀਕ ਗਿਆ, ਜਦੋਂ ਦੀ ਕਾਟਨ ਹੋਈ ਸਸਤੀ ਇਹ ਕੁੱਤੇ ਦਾ ਬੱਚਾ ਨਵਾਬ ਠੀਕ ਗਿਆ। ਅਰੇ ਕੁੱਤੇ ਦਾ ਬੱਚਾ ਨਵਾਬ ਠੀਕ ਗਿਆ ਤੈਨੂੰ ਗਿਆ ਹੀ ਹਾਂ ਮਹਿਸੂਸ ਤੂੰ ਕਰ। ਬਟਨ ਬੰਦ ਕਰ ਰਿਹਾ ਥੱਲੇ ਤੂੰ ਸ਼ਮੀਜ਼ ਨੀ ਪਾਈ ਤੇਰੀ ਖੈਰ ਹੋ ਜਾ ਮੈਂ ਸ਼ਮੀਜ਼ ਨੀ ਪਾਈ ਮੈਂ ਅੰਬਰਸ਼ਾ ਉਸ ਦਿਨ ਸ਼ੇਅਰ ਕਰ ਰਹੇ ਸ਼ੇਅਰ ਅਰਜ਼ ਕਰ ਰਹੇ ਜੀ ਆਹ ਹਾ ਕੀ ਲਿਖ ਬੈਠਾ ਕੀ ਲਿਖ ਬੈਠਾ ਕੀ ਭੈਣ ਨੂੰ ਤਲਾਕ ਲਿਖ ਬੈਠਾ ਹੈ ਉਹ ਮੈਂ ਲਿਖਣੀ ਆ ਸਤਿਓ ਤੇਰੇ ਸ਼ੌਕ ਚੱਲ ਲਓ ਜੀ ਸ਼ੇਅਰ ਅਰਜ਼ ਕੀਤਾ ਹੁਣ ਤਰਨਮ ਨਾਲ ਪੇਸ਼ ਕਰੋ ਤਰਨਮ ਨਾਲ ਪੇਸ਼ ਕਰ ਰਹੇ ਜੀ ਆ ਜਿਵੇਂ ਮੇਕੂਆਂ ਰੁਵਾਇਆ ਜ਼ੁਲਮ ਆ ਜੀ ਜ਼ੁਲਮ ਜ਼ੁਲਮ ਹੁੰਦਾ ਹੁੰਦਾ ਕੋਈ ਨਹੀਂ ਇਸ ਤਰ੍ਹਾਂ ਨਾ ਹੋਇਆ ਜ਼ੁਲਮ ਤੇ ਭੁੱਖਾ ਮਰ ਜਾਏਗਾ ਨਹੀਂ ਭੁਆਣ ਜ਼ੁਲਮ ਤੋਂ ਅੱਗੇ ਦਾ ਸਫ਼ਰ ਬੰਦਾ ਕਰੇ ਤੇ ਬੰਦਾ ਰੋਂਦਾ ਹੀ ਜਿੱਦਾਂ ਤੇ ਜਿਵੇਂ ਮੇਕੂਆਂ ਰੁਹਾਇਆ ਹੈ ਤੂੰ ਵੀ ਮੈਂ ਵਾਂਗੂ ਪਲ ਪਲ ਰੁਸੇ ਇੱਕ ਵਾਰੀ ਰੋਕੇ ਥੱਕ ਬਾਸੇ ਵੱਲ ਦਿਲ ਰੁਕਸੀਆ ਤੂੰ ਵੱਲ ਰੋਸੇ ਕੋਈ ਦਰਦ ਵੰਡਾਵਣ ਆਸੀਆ ਨਾ ਤੂੰ ਲਾ ਕੰਧੀਆਂ ਕੂ ਗੱਲ ਰੋਸੇ ਬਸ ਸ਼ਾਕਰ ਫਰਕ ਮੈਂ ਆਦਦਾ ਹੈ ਮੈਂ ਅੱਜ ਰੋਨਾ ਤੂੰ ਕੱਲ ਰੋਸੇ ਸ਼ਾਕਰ ਬਦਲੇ ਪਾਣੀ ਦੇ ਪੈਟਰੋਲ ਸਟਿੰਦੇ ਰਹਿ ਗਏ ਮੇਰੀ ਜ਼ਿੰਦਗੀ ਵਿਗੜਿਆ ਥਾ ਕਾਹੇ ਕੁੱਤਣ ਦਾ ਬੁਣਦਾ ਕੋਈ ਨਹੀਂ ਮੇਰੇ ਟੋਟੇ ਕਰਕੇ ਸੱਟ ਦੇਂਦੇ ਇੱਕ ਗਿਣਦਾ ਗੁਣਦਾ ਕੋਈ ਨਹੀਂ ਉਹ ਮੀਆਂ ਹਰ ਕੋਈ ਚੁਣਦਾ ਕਲੀਆਂ ਕੋ ਉਹ ਡੱਠੇ ਫੁੱਲ ਕੂ ਚੁਣਦਾ ਕੋਈ ਨਹੀਂ ਹੁਣ ਬਸ ਕਰ ਸ਼ਾਕਰ ਰੋਵਣ ਦੀ ਤੇਰੀ ਧਾੜ ਨੂੰ ਸੁਣਦਾ ਕੋਈ ਚੱਲ ਪ੍ਰਵਾਨ
نصرت فتح علی خان صاحب نے غزل کہی ہے، ہاں جی، اندر ہیں تیری آنکھیں، سٹے جال شکاری پکھواں اُتے، سٹے جال شکاری پکھواں اُتے، بچ مور جاوے بڑا دکھ لگدا ہے، گڈی اد اسمانے چڑھی ہووے ٹٹ ڈور جاوے بڑا دکھ لگدا ہے، ہووے سجنا کمائی محنت دی لے چور جاوے بڑا دکھ لگتا ہے، تے بڑی مشکلہ نال بنایا ہووے ایک یار لے کوئی ہور جاوے بڑا دکھ لگتا ہے، لے کوئی ہور جاوے بڑا دکھ لگتا ہے، محنت نہ کیتی ہووے رضائی گرم وڑ کوئی ہور جاوے بڑا دکھ لگتا ہے، محنت نہ کیتی ہووے رضائی گرم ہے مرچ تینوں تینوں پتہ لگنا ہاں نا
ਲੈ ਚਾਚਾ ਮੇਰੀ ਫਿਕਰ ਹੀ ਮੈਂ ਤਾਂ ਪਰਸੋਂ ਵਾਲੇ ਮੈਨੂੰ ਗਸ਼ ਪਏ ਅਸੀਂ ਅੱਲਾ ਤੇਰੀ ਖਾਨ ਕਰੇ ਬੈਠਾ
ਸਾਡਾ ਬੇੜਾ ਗਰਕ ਹੋਵੇ। ਚੜ੍ਹਦੇ ਸੋਹਣੇ ਪਾਕਿਸਤਾਨ ਨਾਲ ਪਿਆਰ ਕਰੋ, ਇਹ ਬੜੀਆਂ ਕੁਰਬਾਨੀਆਂ ਦੇ ਕੇ ਬਣਿਆ ਜੀ। ਇਸ ਤਰ੍ਹਾਂ ਸੀਨੇ ਦੇ ਵਿੱਚ ਬਲਮਾਂ ਫੁੱਟੀਆਂ, ਕਲਮ ਹੋਏ ਸਿਰ ਕਲਮਾਂ ਟੁੱਟੀਆਂ, ਇੱਜ਼ਤ ਦੀ ਸ਼੍ਰੇਣੀ ਨਾਲੋਂ ਅਜ਼ਰਾ ਬਾਨੋ ਸਲਮਾ ਟੁੱਟੀਆਂ, ਤਾਂ ਜਾ ਕੇ ਮੌਕਾ ਬਣਿਆ, ਪਾਕਿਸਤਾਨ ਕੋਈ ਸੌਖਾ ਬਣਿਆ। ਤੂੰ ਮੈਨੂੰ ਖੁਸ਼ ਕੀਤਾ, ਮੰਗ ਕੀ ਮੰਗਣਾ ਹੈ? ਅਮਰੀਕਾ ਦਾ ਵੀਜ਼ਾ ਲੈ ਦੇ। ਕਿੱਥੇ ਚੱਲੀ ਆ? ਅੱਛਾ, ਪਿੱਛੇ ਜਾ, ਮੁੰਡਾ ਤੇਰਾ ਰੋਂਦੇ ਆਈ, ਜੁੱਤੀ ਲਾਉਣ ਚੱਲੀ, ਆਪਣੇ ਮੁਰਸ਼ਦਾਂ ਦੇ ਆਈ ਹੋ। ਮੈਂ ਸ਼ਰੀਫ ਘਰਾਨੇ ਦੀ ਬੇਵਾ ਕੁੜੀਆਂ, ਮੈਂ ਅੱਠ ਵਿਆਹ ਕਣਕਾਏ ਨੇ, ਇਹ ਖਾਵਨ ਤੇ ਮੇਰਾ ਇੰਨਾ ਜ਼ਾਲਮ ਸੀ, ਮੇਰੇ ਤੇ ਤੱਤਾ ਤੱਤਾ ਪਾਣੀ ਰੋੜਤਾ, ਇਹ ਵੇਖ। ਇਹ ਪਾਣੀ ਨਹੀਂ ਰੋੜਿਆ, ਇਹ ਦੰਦੀ ਵੱਡੀ ਹੋਈ ਹੈ। ਕਿੱਥੇ ਕਿੱਥੇ ਸ਼ਟ ਅਪ, ਇਸਸੇ ਸਸਤੀ ਸਿਰਫ ਖਾਮੋਸ਼ੀ। ਅੱਛਾ, ਤੂੰ ਸਿੰਮ ਦੇ ਨਾਲ ਮਿਲਦੀ ਹੈ? ਮੈਂ ਕੋਈ ਮਾਮੂਲੀ ਔਰਤ ਨਹੀਂ। ਪਾਣੀ ਰੋੜਿਆ, ਲੰਗੜੇ ਬੰਦੇ ਨੂੰ ਤੇ ਮੈਂ ਭੱਜਣ ਨਹੀਂ ਦਿੰਦੀ, ਟੁੰਡੇ ਬੰਦੇ ਦੀ ਮੈਂ ਬਾਹ ਮਰੋੜ ਦਿੰਦੀ ਹਾਂ। ਇੱਕ ਬਦਮਾਸ਼ ਮੈਨੂੰ ਕਹਿੰਦਾ ਸੀ ਮੈਂ ਤੇਰੇ ਕਮਰੇ 'ਚ ਦੌੜ ਜਾਵਾਂਗਾ, ਤੇ ਫਿਰ ਦੌੜ ਗਿਆ। ਜਾਨੂ ਜੀ ਜਾਂ, ਹਾਏ ਮੈਂ ਸੱਚੇ ਜਾਵਾਂ, ਮੈਂ ਯਾ ਅੱਲਾ ਯਾ ਅੱਲਾ ਖੈਰ ਕੀ ਹੋਈ? ਕੁੱਤੇ ਦਾ ਪੁੱਤਰਾ ਇੱਟਾਂ ਬੰਨੀ ਫਿਰਦਾ। ਓ ਨਾ ਕਰ ਬੇਟੇ ਨਾ ਕਰ, ਤੂੰ ਤੇ ਇੱਕ ਸਾਈਡ ਦੀ ਮਾਰ ਨਹੀਂ। ਖੁਸਰੇ ਤੇ ਔਰਤ ਚ ਕੀ ਫਰਕ? ਜਿਵੇਂ ਸ਼ੇਵਿੰਗ ਕਰੀਮ ਤੇ ਟੂਥਪੇਸਟ ਚ। ਮੈਨੂੰ ਇਹ ਦੱਸ ਕਿਹੜੇ ਪੰਪ ਤੋਂ ਆਈ ਹੈ? ਦੇਖਦੇ ਇੱਕ ਚ 24 ਇੱਕ ਚ 38। ਕਦੇ ਰੁਕ ਕੇ ਤੇ ਕਦੀ ਫਸ ਕੇ। ਪਾਣੀ ਉਹਨੇ ਰੋੜਿਆ, ਪਰ ਨਾਲ ਤੁਸੀਂ ਲਾਈ ਜਾਓ। ਆਓ ਬੈਠੋ ਮੇਰੇ ਕੋਲ, ਬੈਠੋ ਜੀ, ਇੱਥੇ ਬਹਿ ਜਾ, ਕੱਚੀਆਂ ਕਲੇਜੀਆਂ ਖਾਣ ਵਾਲੀ। ਕੀ ਨਾਂ ਹੈ ਤੁਹਾਡਾ? ਪੀਨੋ ਕੱਸ ਕੇ। ਔਰਤ ਨੱਸ ਗਈ ਗੁੱਤ ਮੇਰੇ ਹੱਥਾਂ ਵਿੱਚ। ਖੁਸਰੇ ਨੂੰ ਬੁਲਾ ਲਓ, ਕਿਉਂ ਯਾਰ? ਇੱਥੇ ਮਕਾਨ ਬਣਨ ਦੇ ਇੱਟਾਂ ਵੀ ਫੜਾਉਣੀਆਂ ਉਹਨੇ। ਤੂੰ ਵੀ ਕਹਿੰਦਾ ਕਦੀ ਪਿਆਰ ਨੀ ਕਹਿੰਦੇ। ਹੋਰ ਸੁਣਾ, ਮੈਂ ਕੀ ਸੁਣਾਵਾਂ ਬੱਚੇ, ਇੱਥੇ ਬੜਾ ਮੂੰਹ ਤੇ ਵੇਖ ਲਓ। ਪੁਰਾਣੇ ਦੌਰ ਦੀਆਂ ਪੁਰਾਣੀਆਂ ਮਸੀਤਾਂ ਬਗੈਰ ਟੂਟੀ ਤੋਂ ਲੋਟੇ ਪਏ ਹੁੰਦੇ। ਪਿਛਲੇ ਸਾਲ ਤੋਂ ਬੜਾ ਅੱਛਾ ਲੱਗਦਾ, ਤੂੰ ਨੀ ਨਾ ਲੱਗਦੀ ਮੈਨੂੰ।
हम तुमको लंदन लेके जाएगा और वहां जाके तुम्हारे साथ शादा मनाएगा। एक ही हुंदा शादा और क्या होता? ओ शादी हुंदी पलिए लोके, शादा तो कदे 8-9 साल बाद जाके हुंदा, स्टार जी शादी हुंदी है। ओ तुम्हें पता कि हम बहुत परेशान है। होया की? तुम्हें पता कि काश भट्ट आजकल कंगला हो गया। तो हुन मेनू करना ही, हमने उसको छोड़ दिया। हो जो तो आप सोच गया कि तुमको लंदन लेके चलेगा। अच्छा जी। हां और तुम मुझको बहुत अच्छा लगता है। हां जी तुम ले ए बेईमानी ना कर, वारी पूरी दे ना गल लगा। ओ नो वारी अपनी अपनी। चलो ठीक है शलादी, वो गाना शाना दा डांस आ दा। मेरा बात सामने वे कौन आ मशहूर है अपना? और सुना खैर सुनावा लेकिन हाय ਪਿਆ ਪਿਆ ਪਾ ਲਈਏ ਬਗਾਰ ਪਿਆ ਤੇ ਟੋਟਲ ਲੈਂਦੀ ਹੈ। ਆ ਬੇਗੋ ਆ ਬੇਗੋ ਵਾਹੀ ਤੁਹਾਡੀ ਅੰਮੀ ਵਾਲਾ ਹਸਾਬ ਉਹਦੇ ਵਾਲਾ ਕਿਹੜਾ ਅੰਮੀ ਵਾਲਾ ਵੀ ਆਪਣੇ ਛੇਵੇਂ ਪਹਿਨੀ ਹੈ ਸੋਨਾ ਪਾਇਆ ਤੁਸੀਂ ਅੱਜ ਕੱਲ ਹਮਨੇ ਚੂਲਰ ਪਸਾਇਆ ਮੈਨੇ ਸੁਣਾ ਹੈ ਸੋਨਾ ਸੋਨੇ ਸੇ ਮਿਲਤਾ ਹੈ ਹਾਂਜੀ ਕਿਹੜਾ ਹੋਏ ਉਹ ਚੱਲ ਚੱਲ ਉੱਥੇ ਇੱਕ ਬਕਵਾਸ ਕਰ ਨਾ ਕੋਈ ਟਾਂਗਾ ਨਾ ਕੋਈ ਕਾਰ ਮਾਜਾ ਸਲਾਹ ਮਾਜਾ ਸਲਾਹ ਹੈਰਾ ਪੰਜਾਂ ਦੀ ਗੁਲਫੀ ਦਸਾ ਦੇ ਜਾ ਮੈਨੂੰ ਬੁਲਾ ਪਈ ਮੈਨੂੰ ਬੁਲਾ ਅਬ ਤੂੰ ਬਿਗਾਨ ਦਾ ਕਿਤਾ ਇਧਰ ਮੇਰਾ ਬਾਤ ਤੇ ਇਧਰ ਪਈ ਗਈ ਘਰ ਜਾ ਕੇ ਪਤਾ ਕਰ ਅਮੀ ਕਿਧਰ ਗਈ ਪ੍ਰਵਾਨ ਸ਼ਦਾ ਦਾ ਕੀ ਮਾਂ ਦਾ ਨੌਕਰ ਪ੍ਰਵਾਨ ਸ਼ਦਾ ਹੈਰਾ ਪ੍ਰਵਾਨਾ ਤੇ ਕਿਹੜਾ ਸ਼ੌਕ ਪੈ ਆ ਉਹ ਮਜ਼ਾ ਇਹ ਕੋਣ ਹੁੰਦਾ ਕਿਧਰੋਂ ਆਏ ਤੁਸੀਂ ਹਮ ਲੰਡਨ ਸੇ ਆਇਆ ਥਿਸ ਇਜ਼ ਰਾਜਾ ਸੀਐਨਜੀ ये सीएनजी क्या होता? थोड़े पैसे लंबा सफर। हाँ जी ये दी मेहरबानी। ओ मिस्टर हमें लंबा सफर करने का बड़ा शौक। लंबा सफर ना करी? क्यों? एक बारी पहलवान ने कीता वे की हाल हो गए। चलो चल चल डांस हो गया ही। ओ नो मेरी बारी है। अब केर के की बारी है बगैर ता ये चला चली आ जा। ओ एक मिनट मुरली मिले यार। वालेकुम सलाम। क्या हाल है? हम ठीक ठाक है। तुम्हारा शादा हुआ? यस। वो बेटा फूटा? ओ नो। वो बेटा है तेरे आगे उस सिर तो बाल उठ गए उधर। हाँ सार कर। चल चल। क्या बात सुना था? क्या बात है? गुलुकार मुसीकार। जाते अपनी बहन दे बिहार सुना दी के कह रहे थे। क्या बात है? क्या बात है? ऐसा अंग्रेज का पुत्र मैं नहीं देखा। मैं देखे नहीं। ऐसा प्यो शरीफ आदमी थी। ਅੰਦੇ ਪਿਓ ਦਾ ਵਿਆਹ ਨਹੀਂ ਹੋਇਆ। ਹਾਂਜੀ ਸ਼ਦਾਦੀ ਹੈ ਛੱਡ ਰੱਖੋ ਗਾਣਾ ਛੱਡ। ਤੁਹਾਡੇ ਮਾਦਰ ਦਾ ਸ਼ਾਦਾ ਨਹੀਂ ਹੋਇਆ? ਨਹੀਂ ਅੱਜ ਕਿਹੜਾ ਓਏ ਹੋਇਆ ਸ਼ਾਦਾ ਛੱਡ। ਤਾਂ ਫਿਰ ਤੂੰ ਕਾਹ ਚ ਆਇਆ? ਆਪ ਚ ਜਾਂਦੇ ਇਹ ਕੀ ਕਰਦੇ ਵੇ ਸਨੀ? ਉਹ ਕੀ ਹੁੰਦਾ ਇਹ ਤੂੰ ਕੀ ਕਰ ਰਹੀ ਸੇ? ਉਹ ਹਮ ਡਾਂਸ ਕਰਤਾ। ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਸਾਡੇ ਘਰ ਆ ਕੇ ਡਾਂਸ ਕਰਨਾ ਸ਼ੁਰੂ ਕਰਤਾ ਵੀ ਗੈਰ ਮਰਦ ਨਾਲ? हमने उनके वास्ते डांस किया। उनके वास्ते? उनके वास्ते? उनके वास्ते बे तू बहुत चंगा किया। हेलो ओ कमीज, तुम हमारी सास हो, कमीज से बात करना। पता नहीं अपने आप को क्या समझता है, इफ्तिहार ठाकुर का बहन है। मरचा नहीं कर दी क्या हाल है? खत्म लो कुछ ले लेने, मैं दो गल्ला करनी आज। अम्मी जी अम्मी जी मैंने एक गल दसो, साडे घर काम की होण डया? की होण डया? अंदर बैठ के हर बंदा 10-10 वारी नहाई जान डया। ਉਹਨ ਕੁਝ ਨਾ ਜਿਹੜਾ ਤੂੰ ਆਂਦਾ ਵੇ ਖਾਣਾ ਖਰਾਬ ਆ ਮੈਨੂੰ ਨਹੀਂ ਲੱਗਿਆ। ਬੰਦੇ ਤੇ ਇਧਰੋਂ ਨਹੀਂ ਲਾਉਂਦਾ ਨੇ ਮਰ ਜਨੇ ਪੜਾ ਕਰੋੜ ਕਰੋੜ ਕੰਮੀ ਕਹਿੰਦੇ ਮੈਂ ਤੇ ਚੰਮੇ ਹੋਰ ਕਰਿਆਨੇ ਆ ਕੋ ਫੜਿਆ ਸੀ ਮੈਂ ਤੇਰੀ ਮਾਂ ਜੰਮ ਕੇ ਆਪ ਤੇ ਮਰ ਗਈ ਤੇ ਆਪੇ ਮੇਰੇ ਜੋਗੇ ਪਾ ਗਈ। ਅਮੀ ਬਾਨੇ ਬਾਨੇ ਨਾ ਮਜ਼ੇ ਨਾ ਲੈ ਹਲ ਖਾਣਾ ਖਰਾਬ ਤੂੰ ਰਿਸ਼ਤੇ ਚ ਮੇਰਾ ਪੁੱਤਰ ਏ। ਹੋਇਆ ਕੀ ਏ? ਹੋਣਾ ਕੀ ਤੇਰੀ ਗੋਟੀ ਜਿਹੜੀ ਉਹਦੇ ਨਾਲ ਮਾਜ ਨਾਲ ਡਾਂਸ ਕਰਦੀ ਸੀ ਇੱਥੇ ਨੱਚ ਕੇ ਗਈ ਏ? ਮੈਂ ਇਹਦੀਆਂ ਲੱਤਾਂ ਵੜਦਾ ਦਾ ਇੱਥੇ ਮੇਰੀ ਬੀਵੀ ਹੋ ਕੇ ਨੱਚੀ ਏ ਮੁਫਤ। चढ़ाई चढ़ते पटाके मार दी क्यों चाचा किनी बार ਬਗੈਰ ਇੱਧਰ ਆਇਆ
ਸਾਊਦੀ ਅਰਬ ਜਾਓ ਕੀ ਹੋਇਆ ਉਹ ਲਿਖਿਆ ਉਹਨੇ ਜੀ ਆਪ ਕੀ ਲਿਖਿਆ ਉਹ ਸਾਈਕਲਾਂ ਦਾ ਕੰਮ ਉੱਥੇ ਕਰਤਾ ਉਹ ਹਿਸਾਬ ਲਿਖਤਾ ਜੀ ਉਹਨੇ ਕੀ ਆ ਵਰਕਾ ਭੇਜਦਾ ਰਜਿਸਟਰ ਚੋਂ ਕੱਢ ਕੇ ਆ ਉੱਪਰ ਲਿਖਿਆ ਜੀ ਹਨੀਫ ਨੇ 2 ਘੰਟੇ ਚਲਾਈ ਥੱਲੇ ਲਿਖਿਆ ਸ਼ੇਖ ਸਾਹਿਬ ਕੇ ਪਾਸ ਪੈਸੇ ਨਹੀਂ ਥੇ ਉਹਨਾਂ ਨੇ ਚਲਤੀ ਦੇਖੀ ਇਹ ਗੱਲ ਤਾਂ ਉਹਨੇ ਲਿਖਤਾ ਸਾਹਿਬ ਦਾ ਤਾਂ ਜੀ ਤੁਹਾਡੇ ਪੁੱਤਰ ਨੇ ਬਾਹਰੋਂ ਖਤ ਲਿਖਿਆ ਉਹਨੇ ਲਿਖਿਆ ਕਿ ਅੱਬਾ ਜੀ ਮੈਂ ਦੂਸਰੀ ਸ਼ਾਦੀ ਕਰ ਲਈ ਗਲਤੀ ਹੋ ਗਈ ਮੈਂ ਇੱਕ ਅੰਗਰੇਜ਼ ਔਰਤ ਨਾਲ ਵਿਆਹ ਕਰ ਲਿਆ ਸੀ ਲੇਕਿਨ ਹੁਣ ਮੈਂ ਤੁਹਾਡੀ ਬੱਚੀ ਵੀ ਚੈੱਕ ਕਰਨਾ ਚਾਹੁੰਦਾ ਉਹਨੂੰ ਆਪ ਬੇਟੇ ਖੋਲ ਕੇ ਚੈੱਕ ਕਰੀ ਉਹਦਾ ਜੈਟ ਬੰਦ ਹੋਇਆ ਅੱਗੇ ਵੀ ਨੱਟ ਖੁੱਲ ਗਿਆ ਪਿੱਤਲ ਦੀਆਂ ਮੁੱਛਾਂ ਨਿਕਲ ਆਉਂਦੀਆਂ ਉਹਨਾਂ ਦੇ ਪਿਓਾਂ ਦੇ ਗਮਾਂ ਨਾਲ ਨਾ ਇੱਥੋਂ ਅੱਗੇ ਵਾਲ ਉੱਡ ਜਾਂਦੇ ਆ ਸਾਰੇ ਚਾਚਾ ਜੀ ਸ਼ਾਦੀ ਕਰੋ ਠੀਕ ਹੈ ਯਾਰ ਮੈਨੂੰ ਮਨਜ਼ੂਰ ਹੈ ਠੀਕ ਹੈ ਤਾਂ ਮਨਜ਼ੂਰ ਹੈ ਬਿਲਕੁਲ ਇਹਨਾਂ ਦੋਵਾਂ ਦੇ ਬੱਚਿਆਂ ਨੂੰ ਇੱਕ ਬੱਚਾ ਪਸੰਦ ਕਰ ਲਓ ਇਨਸ਼ਾਅੱਲਾ ਇਹ ਠੀਕ ਮੈਂ ਤੇਰੀ ਬੱਚੀ ਨਾਲ ਵਿਆਹ ਨਹੀਂ ਕਰਨਾ ਚਾਚੀ ਕੀ ਹੈ ਵੇ ਆਈ ਲਵ ਯੂ ਲਾ ਜੀ ਚਾਚਾ ਜੀ ਇਹਨੇ ਆਪਣਾ ਜੁਰਮ ਇਕਰਾਰ ਕਰ ਰਿਹਾ ਹੁਣ ਇਨਸ਼ਾਅੱਲਾ ਨੂੰ ਤਲਾਕ ਦੇ ਲਈ ਤੁਹਾਡੀ ਬੱਚੀ ਨਾਲ ਵਿਆਹ ਕਰੇਗਾ ਠੀਕ ਹੈ ਔਰ ਇਸ ਖੁਸ਼ੀ ਦੇ ਹੋਏਗਾ ਯਸ਼ਨ ਬਿਲਕੁਲ ਇਸ ਖੁਸ਼ੀ ਦੇ ਮੌਕੇ ਤੇ ਤਾਈ ਨੱਚੇਗੀ ਤਾਈ